ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 20 ਜਨਵਰੀ ਹੈ ਦਿਨ ਵੀਰਵਾਰ ਹੈ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਖਾਸ ਤੇ ਵੱਡੀਆਂ ਖਬਰਾਂ ਦੱਸ ਦਿੰਨੇ ਆ ਗੱਲ ਸਭ ਤੋਂ ਪਹਿਲਾਂ ਮੌਸਮ ਦੀ ਕਰਾਂਗੇ ਕਿਉਂਕਿ ਮੀਂਹ ਫੇਰ ਪੈ ਗਿਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪਾਲਾ ਹੋਰ ਵਧ ਗਿਆ ਪਹਾੜਾਂ ਦੇ ਵਿੱਚ ਬਰਫਬਾਰੀ ਹੋ ਗਈ ਹੈ ਤੇ ਮੈਦਾਨਾਂ ਦੇ ਵਿੱਚ ਮੀਂਹ ਪਿਆ ਹੈ ਜਿਸ ਕਰਕੇ ਠੰਡ ਵਧ ਗਈ ਹੈ ਹਾਲਾਂਕਿ ਮੀਂਹ ਬਹੁਤ ਜ਼ਿਆਦਾ ਨਹੀਂ ਪਿਆ ਹੈ ਹਲਕਾ ਹਲਕਾ ਮੀਂਹ ਪਿਆ ਹੈ ਪਰ ਉਹਦੇ ਨਾਲ ਠੰਡ ਹੈ ਜਿਹੜੀ ਉਹਦਾ ਕੜਾਕਾ ਹੋਰ ਵੱਧ ਗਿਆ ਹੈ ਮੌਸਮ ਵਿਭਾਗ ਨੇ ਆਉਣ ਵਾਲੇ 2 ਦਿਨ ਸੰਗਣੀ ਧੁੰਦ ਅਤੇ 22 ਤੇ 23 ਜਨਵਰੀ ਨੂੰ ਮੀਂਹ ਪੈਣ ਦੀ ਮੁੜ ਪੇਸ਼ੀਨ ਗੋਈ ਕੀਤੀ ਹੈ। ਸੀਤ ਲਹਿਰ ਕਰਕੇ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਪੰਜਾਬ ਦਾ ਤਾਪਮਾਨ ਵੀ ਸ਼ਿਮਲਾ ਦੇ ਬਰਾਬਰ ਦਰਜ ਕੀਤਾ ਜਾ ਰਿਹਾ ਹੈ। ਕੱਲ ਵੀ ਆਪਾਂ ਕਿਹਾ ਸੀ ਕਿ ਪੰਜਾਬ ਵੀ ਹੁਣ ਸ਼ਿਮਲਾ ਬਣ ਗਿਆ। ਸ਼ਿਮਲੇ ਜਾਣ ਦੀ ਲੋੜ ਨਹੀਂ ਹੈ। ਵੈਸੇ ਵੀ ਜਿੱਥੇ ਬਰਫਬਾਰੀ ਹੋ ਰਹੀ ਹੈ, ਘਟਨਾਵਾਂ ਵਾਪਰਦੀਆਂ ਨੇ ਪਾਕਿਸਤਾਨ ਵਾਲੀ ਜਿਹੜੀ ਮੜੀ ਦੇ ਵਿੱਚ ਘਟ ਆਵਾ ਪ੍ਰੈਸ਼ਿਓ ਨੇ ਦਿਲ ਨੂੰ ਦਹਿਲਾ ਕੇ ਰੱਖ ਦਿੱਤਾ ਜਿਸ ਤਰੀਕੇ ਦੇ ਨਾਲ ਉਥੇ 20 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਘੁੰਮਣ ਗਏ ਸੀ ਪਰ ਬਰਫ਼ ਦੇ ਵਿੱਚ ਫਸ ਕੇ ਰਹਿ ਗਏ ਗੱਡੀਆਂ ਦੇ ਵਿੱਚ ਬੈਠੇ ਹੋਏ ਵੀ ਗੱਡੀ ਚਲਾ ਨਹੀਂ ਸਕੇ ਪੂਰੇ ਪਰਿਵਾਰ ਦੇ ਨਾਲ ਹੁੰਦੇ ਹੋਏ ਵੀ ਪਰਿਵਾਰ ਨੂੰ ਬਚਾ ਨਹੀਂ ਸਕੇ ਅਤੇ ਆਕਸੀਜਨ ਘਟਣ ਦੇ ਕਾਰਨ, ਦਮ ਘੁੱਟਣ ਦੇ ਕਾਰਨ ਗੱਡੀਆਂ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਤੇ ਮੌਸਮ ਵਿਭਾਗ ਨੇ ਬਦਲੇ ਮੌਸਮ ਦੇ ਵਿੱਚ ਅਗਲੇ ਹਫ਼ਤੇ ਤੱਕ ਵੀ ਕੜਾਕੇ ਦੀ ਠੰਡ ਰਹਿਣ ਦੀ ਸੰਭਾਵਨਾ ਦਿੱਤੀ ਹੈ। ਅਗਲੀ ਖਬਰ ਯਾਤਰਾ ਦੇ ਨਾਲ ਜੁੜੀ ਤੁਹਾਨੂੰ ਦੱਸ ਦਿੰਦੇ ਹਾਂ, ਕੌਮਾਂਤਰੀ ਉਡਾਣਾਂ ਤੇ ਰੋਕ 28 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਉਧਰ 에ਅਰ ਇੰਡੀਆ ਨੇ ਉੱਤਰੀ ਅਮਰੀਕਾ ਦੇ ਵਿੱਚ 5G ਇੰਟਰਨੈਟ ਦੀ ਤਣਾਤੀ ਦੇ ਕਾਰਨ ਭਾਰਤ ਅਮਰੀਕਾ ਰੂਟਾਂ ਤੇ ਆਪਣੀਆਂ 8 ਉਡਾਣਾਂ ਰੱਦ ਕਰ ਦਿੱਤੀਆਂ ਨੇ ਜਾਣਕਾਰੀ ਮੁਤਾਬਕ 5G ਦੀ ਤੈਨਾਤੀ ਦੇ ਨਾਲ ਜਹਾਜ਼ਾਂ ਦੇ ਨੈਵੀਗੇਸ਼ਨ ਪ੍ਰਣਾਲੀਆਂ ਦੇ ਵਿੱਚ ਦਖਲ ਦਿੱਤਾ ਜਾ ਸਕਦਾ ਹੈ ਜਿਸ ਕਾਰਨ 에ਅਰ ਇੰਡੀਆ ਨੇ ਇਹ ਸਖਤ ਫੈਸਲਾ ਲਿਆ ਹੈ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦਾ ਮੁਆਵਜ਼ਾ ਨਾ ਦਿੱਤੇ ਜਾਣ ਕਾਰਨ ਸੁਪਰੀਮ ਕੋਰਟ ਨੇ ਸੂਬਿਆਂ ਦੀਆਂ ਸਰਕਾਰਾਂ ਦੀ ਚੰਗੀ ਖਿਚਾਈ ਕੀਤੀ ਹੈ ਤਕਨੀਕੀ ਕਾਰਨਾ ਕਰਕੇ ਕਿਸੇ ਵੀ ਅਰਜ਼ੀ ਨੂੰ ਰੱਦ ਨਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਆਂਧਰਾ ਪ੍ਰਦੇਸ਼ ਨੂੰ ਖਾਸ ਤੌਰ ਤੇ ਨੋਟਿਸ ਜਾਰੀ ਕੀਤਾ ਗਿਆ ਹੈ ਸੁਪਰੀਮ ਕੋਰਟ ای وی ایمز ਨੂੰ ਚੁਣੌਤੀ ਦੇਣ ਦੀ ਪਟੀਸ਼ਨ ਤੇ ਸੁਣਵਾਈ ਲਈ ਵੀ ਤਿਆਰ ਹੋ ਗਈ ਹੈ ਸੋ ਜੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਹੁੰਦੀ ਹੈ ਤੇ ਇਹ ਇਸ ਨਤੀਜੇ ਤੱਕ ਪਹੁੰਚਦੀ ਹੈ ਕਿ ਚੋਣਾਂ ਨੇ ਜਿਹੜੀਆਂ ਉਹ ਬੈਲਟ ਪੇਪਰ ਰਾਹੀਂ ਹੀ ਕਰਵਾਈਆਂ ਜਾਣ ਤਾ ਪੂਰੇ ਮੁਲਕ ਦੇ ਵਿੱਚ ਵੋਟਾਂ ਪਾਉਣ ਦੇ ਵਿੱਚ ਪੂਰੀ ਜਿਹੜੀ ਪਾਰਦਰਸ਼ਤਾ ਆ ਸਕਦੀ ਹੈ ਇਮਾਨਦਾਰੀ ਆ ਸਕਦੀ ਹੈ ਕੋਈ ਵੀ ਗੜਬੜੀ ਹੋਣ ਦਾ ਚਾਂਸ ਨਹੀਂ ਰਹਿੰਦਾ ਜਦੋਂ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਨੇ ਪਰ ਵੋਟਾਂ ਜਿਹੜੀਆਂ ਪੰਜ ਸੂਬਿਆਂ ਦੇ ਵਿੱਚ ਪੈਣੀਆਂ ਨੇ ਇਹਨਾਂ ਦੇ ਵਿੱਚ ਤਾਂ ਸਮਾਂ ਹੀ ਬਹੁਤ ਥੋੜਾ ਰਹਿ ਗਿਆ ਹੈ ਤੇ ਸੁਣਵਾਈ ਦੀਆਂ ਜਦੋਂ ਅਗਲੀਆਂ ਤਰੀਕਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਸੋ ਸੁਣਵਾਈ ਲਈ ਤਾਂ ਸੁਪਰੀਮ ਕੋਰਟ ਤਿਆਰ ਹੈ ਪਰ ਇਹ ਕਿਸ ਨਤੀਜੇ ਤੇ ਪਹੁੰਚੇਗੀ ਇਸ ਦਾ ਟਾਈਮ ਕਿੰਨਾ ਹੋਏਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪੰਜਾਬ ਦੇ ਵਿੱਚ ਬਰਗਾੜੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਕਿਤਾਬ ਰਿਲੀਜ਼ ਹੋ ਗਈ ਹੈ ਜਿਸ ਦਾ ਨਾਮ ਹੈ ਦ ਸੈਕਰੀਲੇਜ ਇਹਦੇ ਵਿੱਚ ਬੇਅਦਬੀ ਦੀ ਸਾਜ਼ਿਸ਼ ਲਈ ਡੇਰੇ ਦੇ ਪੈਰੋਕਾਰਾਂ ਤੇ ਗੋਲੀਬਾਰੀ ਦੇ ਲਈ ਸੁਮੇਧ ਸੈਣੀ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਈਡੀ ਦੇ ਛਾਪਿਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਪੁਚਾਲ ਲਿਆ ਦਿੱਤਾ ਹੈ ਈਡੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 8 ਕਰੋੜ ਮਿਲਣ ਦਾ ਦਾਵਾ ਕੀਤਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਵਜ਼ੀਰਾਂ ਦੀ ਫੌਜ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਕਿਹਾ ਕਿ ਛਾਪੇ ਸਾਨੂੰ ਚੋਣਾਂ ਲੜਨ ਤੋਂ ਰੋਕਣ ਦੀ ਸਾਜ਼ਿਸ਼ ਹੈ ਪਰ ਅਸੀਂ ਜ਼ੁਲਮਦਾਰ ਟੱਕਰਾਂਗੇ ਈਡੀ ਦੇ ਛਾਪਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਵੀ ਮੁੱਖ ਮੰਤਰੀ ਚੰਨੀ ਨੂੰ ਘੇਰਨ ਦਾ ਚੰਗਾ ਮੌਕਾ ਮਿਲ ਗਿਆ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਜਿਹੜੇ ਹੋਰ ਪਾਰਟੀਆਂ ਹੈਗੀਆਂ ਨੇ ਲਗਾਤਾਰ ਮੁੱਖ ਮੰਤਰੀ ਚੰਨੀ ਨੂੰ ਘੇਰ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੇ ਤਾਂ ਨਾਤਿੱਤਾ ਦੇ ਆਧਾਰ ਤੇ ਅਸਤੀਫਾ ਵੀ ਮੰਗ ਲਿਆ ਹੈ ਮੁੱਖ ਮੰਤਰੀ ਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੱਲ ਕਾਂਗਰਸ ਦੇ ਬੁਲਾਰੇ ਰਣਦੀਪ ਸੂਝੇਵਾਲਾ ਦੇ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ ਕਿਸਾਨੀ ਮੁੱਦੇ ਪੰਜਾਬ ਮਾਡਲ ਦੇ ਵਿੱਚ ਸ਼ਾਮਲ ਕੀਤੇ ਜਾਣ ਦਾ ਦਾਵਾ ਕੀਤਾ ਸੁਰਜੇ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਨੇ ਕਿਸਾਨਾਂ ਦਾ ਦੁੱਖ ਵਧਾਇਆ ਹੈ ਕਾਂਗਰਸ ਵੱਲੋਂ ਪਹਿਲੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਬਗਾਵਤ ਹੈ ਜਿਹੜੀ ਉਹ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਮਹਿੰਦਰ ਸਿੰਘ ਕੇਪੀ ਨੇ ਹੁਣ ਪ੍ਰਗਟ ਸਿੰਘ ਦੇ ਖਿਲਾਫ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਹ ਜਲੰਧਰ ਛਾਉਣੀ ਤੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਖਿਲਾਫ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨਗੇ ਆਪਣੇ ਸਮਰਥਕਾਂ ਦੇ ਨਾਲ ਉਹਨਾਂ ਨੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ ਕਾਂਗਰਸ ਪਾਰਟੀ ਤੇ ਹੁਣ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੇ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ ਜਦ ਕਿ ਹਾਈ ਕਮਾਂਡ ਨੇ ਇਸ ਵਾਰੀ ਬਿਨਾ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣ ਮੈਦਾਨ ਵਿੱਚ ਨਿਤਰਨ ਦਾ ਮਨ ਬਣਾਇਆ ਹੈ ਪਰ ਇਸ ਗੱਲ ਦਾ ਕਾਂਗਰਸ ਨੂੰ ਨੁਕਸਾਨ ਕਿਤਨਾ ਕਿਤੇ ਹੋ ਸਕਦਾ ਹੈ ਬ੍ਰਹਮਹਿੰਦਰਾ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਕੇ ਕਿਹਾ ਕਿ ਚੰਨੀ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਨੇ ਜਦਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਚੋਣਾਂ ਦੇ ਲਈ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਤਿੰਨੇ ਹੀ ਪ੍ਰਮੁੱਖ ਚਿਹਰੇ ਹੋਣਗੇ। ਖੁਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਖਬਰ 'ਚ ਦਾਵਾ ਕੀਤਾ ਗਿਆ ਕਿ ਕਾਂਗਰਸ ਦੇ ਵਿਧਾਇਕ ਦਵਿੰਦਰ ਸਿੰਘ ਕੁਬਾਇਆ ਭਾਜਪੀ ਦੇ ਵਿੱਚ ਸ਼ਾਮਲ ਹੋਣਗੇ। ਸੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਈ ਤਾਂ ਵਿਧਾਇਕ ਦਵਿੰਦਰ ਕੁਬਾਇਆ ਨੂੰ ਲਗਾਤਾਰ ਫੋਨ ਆਉਣੇ ਸ਼ੁਰੂ ਹੋ ਗਏ ਜਿਸ ਕਾਰਨ ਮੀਡੀਆ ਸਾਹਮਣੇ ਆ ਕੇ ਕੁਬਾਇ ਨੂੰ ਸਪਸ਼ਟੀਕਰਨ ਦੇਣਾ ਪਿਆ ਕਿ ਸਭ ਅਫਵਾਹ ਹੈ ਮੈਂ ਕਾਂਗਰਸ ਦੇ ਵਿੱਚ ਜਾਂ ਭਾਜਪਾ ਵਿੱਚ ਨਹੀਂ ਜਾ ਰਿਹਾ ਚੋਣਾਂ ਦੇ ਮਾਹੌਲ ਦੇ ਵਿੱਚ ਡੇਰਿਆਂ ਦੀ ਬੁੱਕਤ ਵੀ ਵੱਧ ਗਈ ਹੈ ਡੇਰਾ ਬਿਆਸ ਮੁਖੀ ਤੋਂ ਅਸ਼ੀਰਵਾਦ ਲੈਣ ਸਿਆਸੀ ਲੀਡਰ ਪਹੁੰਚ ਰਹੇ ਨੇ ਮੋਗਾ ਪਹੁੰਚੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅਕਾਲੀ ਉਮੀਦਵਾਰ ਮੱਖਣ ਬਰਾੜ ਦੇ ਨਾਲ ਥੋੜੀ ਜੀ ਮੁਲਾਕਾਤ ਕੀਤੀ ਹਾਲਾਂਕਿ ਡੇਰਾ ਪ੍ਰਬੰਧਕ ਕਹਿੰਦੇ ਨੇ ਕਿ ਕਿਸੇ ਵੀ ਪਾਰਟੀ ਦੀ ਹਮਾਇਤ ਅਸੀਂ ਨਹੀਂ ਕਰਾਂਗੇ ਜਿਨੇ ਜਿੱਧਰ ਵੋਟਾਂ ਪਾਉਣੀ ਹੈ ਪਾ ਸਕਦਾ ਪੰਜਾਬ ਦੇ ਹੁਣ ਮੈਦਾਨ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚੋਂ ਔਰਤਾਂ ਨੂੰ ਜਿਹੜੀ ਉਮੀਦਵਾਰੀ ਦਿੱਤੀ ਗਈ ਹੈ ਉਸ ਦੀ ਜਾਣਕਾਰੀ ਥੋੜੀ ਜੀ ਦੇ ਦਿੰਨੇ ਆ ਸਭ ਤੋਂ ਵੱਧ ਸੀਟਾ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ 12 ਸੀਟਾਂ ਤੇ ਉਮੀਦਵਾਰਾਂ ਨੂੰ ਔਰਤ ਉਮੀਦਵਾਰਾਂ ਨੂੰ ਉਤਾਰਿਆ ਹੈ ਕਾਂਗਰਸ ਨੇ ਹੁਣ ਤੱਕ 9 ਔਰਤਾਂ ਨੂੰ ਸੀਟਾਂ ਦਿੱਤੀਆਂ ਨੇ ਅਕਾਲੀ ਦਲ ਨੇ 4 ਆਪ ਨੇ 12 ਤੇ ਸੰਯੁਕਤ ਸਮਾਲ ਮੋਰਚੇ ਨੇ ਵੀ ਇੱਕ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੀ ਹੈ ਜਦਕਿ ਜਿਹੜਾ ਇੱਕ ਸਾਂਝਾ ਗੱਠ ਜੋੜ ਹੈ ਬੀਜੇਪੀ ਕੈਪਟਨ ਤੇ ਢੀਂਡਸਾ ਦਾ ਉਹਨਾਂ ਨੇ ਹਾਲੇ ਤੱਕ ਸੂਚੀ ਦਾ ਐਲਾਨ ਨਹੀਂ ਕੀਤਾ ਮੋਗਾ ਦੇ ਵਿੱਚ ਵੀ ਕਾਂਗਰਸ ਆਤਮ ਆਦਮੀ ਪਾਰਟੀ ਨੇ ਮੈਲਾ ਚਿਹਰਿਆਂ ਤੇ ਦਾਅ ਖੇਡਿਆ ਹੈ ਕਾਂਗਰਸ ਵੱਲੋਂ ਮਾਲਵੇ ਕਾ सूद ਅਤੇ ਆਤਮ ਆਦਮੀ ਪਾਰਟੀ ਨੇ ਨਵਦੀਪ ਸਿੰਘ ਸੰਗਾ ਦੀ ਟਿਕਟ ਕੱਟ ਕੇ ਡਾਕਟਰ ਅਮਨਦੀਪ ਕੌਰ ਅਰੋੜਾ ਤੇ ਇਸਵਰੀ ਦਾਅ ਖੇਡਿਆ ਸ਼੍ਰਮਣੀ ਕਾਲੀਦਾਲ ਸੰਜੁਗਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਟਸ ਆਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਜੇਲ੍ਹਾਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਿੱਕਾ ਖੜਾ ਕਰਨ ਤੇ ਦੋਸ਼ ਲਾਏ ਨੇ ਢੀਂਟਸ ਨੇ ਕਿਹਾ ਕਿ ਜੇਲ੍ਹਾਂ ਵਿੱਚ ਲੰਬੇ-ਲੰਬੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਇਸ ਵੇਲੇ ਸਿੱਖ ਕੌਮ ਦੀ ਸਭ ਤੋਂ ਵੱਡੀ ਮੰਗ ਹੈ ਮਹਿਲਕਲਾਂ ਦੇ ਪਿੰਡ ਠੀਕਰੀ ਵਾਲਾ ਦੇ ਵਿੱਚ ਸ਼ਹੀਦ ਸਿਵਾ ਸਿੰਘ ਠੀਕਰੀ ਵਾਲਾ ਦਾ 3 ਰੋਜ਼ਾ 88ਵਾਂ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਕਈ ਦਹਾਕਿਆਂ ਤੋਂ ਇੱਥੇ ਸੂਬੇ ਦੇ ਮੁੱਖ ਮੰਤਰੀ ਜਾਂ ਸੂਬੇ ਦੇ ਸੀਨੀਅਰ ਮੰਤਰੀ ਪਹੁੰਚਦੇ ਰਹੇ ਨੇ ਪਰ ਇਸ ਵਾਰੀ ਕਿਸਾਨੀ ਸੰਘਰਸ਼ ਕਰਕੇ ਪਿੰਡ ਵਾਸੀਆਂ ਨੇ ਵੋਟ ਸਿਆਸਤ ਨਾਲ ਜੁੜੀਆਂ ਸਿਆਸੀ ਪਾਰਟੀਆਂ ਨੂੰ ਨਕਾਰ ਕੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਹੀ ਬੁਲਾਉਣ ਦਾ ਫੈਸਲਾ ਲਿਆ ਤੇ ਸਮਾਗਮ ਵੀ ਇਸ ਵਾਰੀ ਖੇਤੀ ਕਾਨੂੰਨਾ ਵਿਰੁੱਧ ਲੜੇਗੇ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਇੱਥੇ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਪਹੁੰਚੇ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾ ਖਿਲਾਫ ਕਿਸਾਨ ਅੰਦੋਲਨ ਪਰਜਾ ਮੰਡਲ ਲਹਿਰ ਤੋਂ ਪ੍ਰੇਰਣਾ ਲੈ ਕੇ ਹੀ ਲੜਿਆ ਗਿਆ ਹੈ ਜਿਸ ਤਰ੍ਹਾਂ ਉਸ ਵਕਤ ਦੀ ਰਜਵਾੜਾशाही ਖਿਲਾਫ ਪਰਜਾ ਬੰਡਲ ਲਹਿਰ ਲੜੀ ਉਸੇ ਤਰ੍ਹਾਂ ਹੀ ਮੋਦੀ ਹਕੂਮਤ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਲੜਿਆ ਸੰਗਰੂਰ ਦੇ ਵਿੱਚ ਨੌਜਵਾਨਾਂ ਨੇ ਦਿੱਲੀ ਲੁਧਿਆਣਾ ਮਾਰਗ ਠੱਪ ਕਰ ਦਿੱਤਾ ਫੌਜ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ ਵਾਰ-ਵਾਰ ਮੁਲਤਵੀ ਕਰਨ ਦਾ ਵਿਰੋਧ ਕੀਤਾ ਤੇ ਪ੍ਰੀਖਿਆ ਜਲਦ ਲੈਣ ਦੀ ਮੰਗ ਕੀਤੀ। ਉਧਰ ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰੈਸ ਕੌਂਸਲ ਆਫ ਇੰਡੀਆ ਨੇ ਪ੍ਰਿੰਟ মিডিਆ ਨੂੰ ਕਿਹਾ ਕਿ ਉਹ ਪੱਤਰਕਾਰੀ ਦੇ طے ਨਿਯਮਾਂ ਦਾ ਪਾਲਣ ਕਰਦਿਆਂ ਪੇਡ ਨਿਊਜ਼ ਤੋਂ ਗੁਰੇਸ਼ਕਰਨ ਯਾਨੀ ਕਿ ਪੈਸੇ ਲੈ ਕੇ ਖਬਰਾਂ ਲਾਉਣ ਤੋਂ ਗੁਰੇਸ਼ਕਰਨ ਕੌਂਸਲ ਨੇ ਪ੍ਰਿੰਟ মিডিਆ ਨੂੰ ਜਨ ਪ੍ਰਤੀਨਿਧ ਐਕਟ 1951 ਦੀ ਉਲੰਘਣਾ ਕਰਦਿਆਂ ਕੋਈ ਵੀ ਖਬਰ ਜਾਂ ਹੋਰ ਸਮੱਗਰੀ ਪ੍ਰਕਾਸ਼ਿਤ ਨਾ ਕਰਨ ਦੇ ਲਈ ਵੀ ਕਿਹਾ ਹੈ। ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਬਾਅਦ ਵਿਵਾਦਾਂ ਵਿੱਚ ਘਰੀ ਮੇਅਰ ਦੀ ਚੋਣ ਬਾਰੇ ਹਾਈ ਕੋਰਟ ਵਿੱਚ ਦਾਖਲ ਕੀਤੀ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ ਕੱਲ੍ਹ ਇਹ ਸੁਣਵਾਈ ਨਹੀਂ ਹੋ ਸਕੀ ਹਾਈ ਕੋਰਟ ਵਿੱਚ ਆਮ ਆਦਮੀ ਪਾਰਟੀ ਤੋਂ ਵਾਰਡ ਨੰਬਰ 2 ਦੀ ਕੌਂਸਲਰ ਤੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਅੰਜੂ ਕਤਿਆਲ ਸਮੇਤ ਸੀਨੀਅਰ ਡਿਪਟੀ ਮੇਅਰ ਦੀ ਉਮੀਦਵਾਰ ਪ੍ਰੇਮ ਲਤਾ ਤੇ ਡਿਪਟੀ ਮੇਅਰ ਦੇ ਉਮੀਦਵਾਰ ਰਾਮਚੰਦਰ ਯਾਦਵ ਨੇ 17 ਜਨਵਰੀ ਨੂੰ ਪਟੀਸ਼ਨ ਦਾਇਰ ਕਰਕੇ ਮੇਅਰ ਦੀ ਚੋਣ ਤੇ ਇਤਰਾਜ਼ ਦਰਜ ਕਰਵਾਇਆ ਸੀ ਤੇ ਮੁਰ ਚੋਣ ਕਰਵਾਉਣ ਦੀ ਮੰਗ ਕੀਤੀ ਗਈ ਹੈ ਆਪ ਦੀ ਉਮੀਦਵਾਰ ਅੰਜੂ ਕਤਿਆਲ ਨੂੰ 13 ਵੋਟਾਂ ਪਈਆਂ ਸੀ ਜਦ ਕਿ ਆਪ ਦੇ ਖਾਤੇ ਦੀ ਇੱਕ ਵੋਟ ਨੂੰ ਰੱਦ ਕਰ ਦਿੱਤਾ ਸੀ ਜਿੱਤੀਆਂ 14 ਸੀ ਜਿਸ ਕਰਕੇ ਬੀਜੇਪੀ ਦਾ ਮੇਅਰ ਹੈ ਜਿਹੜਾ ਉਹ ਚੰਡੀਗੜ੍ਹ ਤੇ ਕਾਬਜ਼ ਹੋ ਗਿਆ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਜਸਟਿਸ ਰਣਜੀਤ ਸਿੰਘ ਗਿੱਲ ਜਿਹੜੇ ਸੇਵਾਮੁਕਤ ਹੋ ਚੁੱਕੇ ਨੇ ਜਿਨ੍ਹਾਂ ਨੇ ਬੇਅਦਬੀ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਨਿਆਂਇਕ ਕਮਿਸ਼ਨ ਦੀ ਅਗਵਾਈ ਕੀਤੀ ਸੀ ਉਹਨਾਂ ਨੇ ਬੇਅਦਬੀ ਦੀ ਸਾਜ਼ਿਸ਼ ਰਚਣ ਅਤੇ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਡੇਰਾ ਪੈਰੋਕਾਰਾਂ ਨੂੰ ਸਿੱਧਾ ਦਾ ਜ਼ਿੰਮੇਦਾਰ ਦੱਸਿਆ ਪ੍ਰਦਰਸ਼ਨਕਾਰੀਆਂ ਤੇ ਸਿੱਖਾਂ ਦੇ ਉੱਤੇ ਪੁਲਿਸ ਗੋਲੀਬਾਰੀ ਦੇ ਲਈ ਤਤਕਾਲੀ ਡੀਜੀਪੀ ਸੁਮੇਧ ਸੈਣੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਫਸਿਆ ਵੀ ਹੋਇਆ ਜਿਸ ਨੂੰ ਰਾਹਤ ਮਿਲ ਚੁੱਕੀ ਹੈ ਅਗਲੇ ਮਹੀਨੇ ਤੱਕ ਰਾਹਤ ਮਿਲੀ ਹੋਈ ਹੈ ਉਸ ਨੂੰ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਦਾਰ ਠਹਿਰਾਇਆ ਹੈ ਉਹਨਾਂ ਨੇ ਟਿੱਪਣੀਆਂ ਕੇਸਾਂ ਦੀ ਜਾਂਚ ਦੇ ਆਧਾਰਿਤ ਆਪਣੀ ਕਿਤਾਬ ਦਾ ਸੈਕਰੀਲੇਜ ਦੇ ਪ੍ਰੈਸ ਕਲੱਬ ਦੇ ਵਿੱਚ ਰਿਲੀਜ਼ ਕਰਨ ਦੇ ਮੌਕੇ ਕਿਤੇ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਤੇ ਵੀ ਆਪਣੀ ਰਿਪੋਰਟ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਚੋਣਾ ਨੇੜੇ ਕਿਤਾਬ ਰਿਲੀਜ਼ ਕਰਨ ਦੇ ਸਮੇਂ ਬਾਰੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਸਿਆਸੀ ਮਕਸਦ ਨਹੀਂ ਹੈ ਇਹ ਮਹਿਜ਼ ਇਤਫਾਕ ਹੈ ਕਿ ਕਿਤਾਬ ਹੁਣ ਰਿਲੀਜ਼ ਹੋਈ ਹੈ ਇਸ ਨੂੰ ਪਹਿਲਾਂ ਰਿਲੀਜ਼ ਕਰਨਾ ਚਾਹੁੰਦੇ ਸੀ ਪਰ ਤਕਨੀਕੀ ਸਮੱਸਿਆਵਾਂ ਸਨ ਇਸ ਮੌਕੇ ਜਸਟਿਸ ਐਸ ਐਸ ਸੋਡੀ ਤੇ ਹੋਰ ਕਈ ਹਸਤੀਆਂ ਵੀ ਹਾਜ਼ਰ ਸਨ ਅਗਲੀ ਖਬਰ ਕੋਰੋਨਾ ਵਾਇਰਸ ਦੇ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਨੇ ਕੋਵਿਡ 19 ਕਰਕੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਪੂਰੀ ਤਰ੍ਹਾਂ ਨਾਲ ਨਾ ਵੰਡਣ ਤੇ ਸੂਬਾ ਸਰਕਾਰਾਂ ਦੇ ਨਾਲ ਰੋਸਾ ਪ੍ਰਗਟਾਇਆ ਇਸ ਮਾਮਲੇ ਦੇ ਵਿੱਚ ਸਰਬੋ ਅਦਾਲਤ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਕਿ ਕਿਉਂ ਨਾ ਉਹਨਾਂ ਦੇ ਖਿਲਾਫ ਮਾਨ ਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ ਇਸ ਦੇ ਨਾਲ ਹੀ ਆਂਧਰਾ ਤੇ ਵਿਹਾਰ ਸਰਕਾਰਾਂ ਨੇ ਮੁੱਖ ਸਕੱਤਰਾਂ ਨੂੰ ਆਨਲਾਈਨ ਪੇਸ਼ ਹੋਣ ਅਤੇ ਕੋਵਿਡ ਕਾਰਨ ਮਰੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਦੇਣ ਬਾਰੇ ਸਪਸ਼ਟਿਕਰਨ ਦੇਣ ਲਈ ਵੀ ਕਿਹਾ ਹੈ ਸੁਪਰੀਮ ਕੋਰਟ ਨੇ ਇਸੇ ਦਰਮਿਆਨ ਕਰੋਨਾ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਰੈਗੂਲਰ ਚੈੱਕਅਪ ਦੇ ਵਿੱਚ ਚੈੱਕਅਪ ਦੇ ਲਈ ਲਿਜਾਇਆ ਗਿਆ ਸੀ ਪਰ ਇੱਥੇ ਜੋ ਕਰੋਨਾ ਟੈਸਟ ਆਇਆ ਤਾਂ ਉਹ ਪੋਜ਼ਿਟਿਵ ਆ ਗਿਆ ਹੈ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਆਪਣੇ ਹਲਕੇ ਲੰਬੀ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਆਪਣੀ ਗੱਡੀ ਦੇ ਵਿੱਚ ਬਹਿ ਕੇ ਉਹ ਲੋਕਾਂ ਨੂੰ ਮਿਲ ਰਹੇ ਨੇ DGCA ਯਾਨੀ ਕਿ ਭਾਰਤ ਦੀ ਹਵਾ ਬਾਜ਼ੀ ਰੈਗੂਲੇਟਰੀ ਨੇ ਕਮਾਂਤਰੀ ਯਾਤਰੀ ਉਡਾਣਾਂ ਦੇ ਉੱਤੇ ਪਾਬੰਦੀ ਹੋਰ ਵਧਾ ਦਿੱਤੀ ਹੈ ਹੁਣ ਫਰਵਰੀ ਮਹੀਨੇ ਦੇ ਅਖੀਰ ਤੱਕ ਇਹ ਫਲਾਈਟਾਂ ਬੰਦ ਰਹਿਣਗੀਆਂ 28 ਫਰਵਰੀ ਤੱਕ ਮੁਅਤਲੀ ਵਧਾ ਦਿੱਤੀ ਗਈ ਹੈ ਭਾਰਤ ਵਿੱਚ 23 ਮਾਰਚ 2020 ਤੋਂ ਲਗਾਤਾਰ ਕਮਾਂਤਰੀ ਉਡਾਣਾਂ ਨੂੰ ਮੁਅਤਲ ਰੱਖਿਆ ਹੋਇਆ ਤੇ ਇਹ ਜਿਹੜੀ ਪਾਬੰਦੀ ਹੈ ਲਗਾਤਾਰ ਵਧਾ ਦਿੱਤੀ ਜਾਂਦੀ ਰਹੀ ਹੈ ਹਾਲਾਂਕਿ 2020 ਜੁਲਾਈ ਮਹੀਨੇ ਤੋਂ ਭਾਰਤ ਅਤੇ 40 ਦੇਸ਼ਾਂ ਦੇ ਵਿੱਚ ਵਿਚਾਲੇ ਬੱਬਲ ਸਮਝੌਤੇ ਦੇ ਤਹਿਤ ਕਈ ਯਾਤਰੀ ਉਡਾਣਾਂ ਜਿਹੜੀਆਂ ਨੇ ਉਹ ਜਾਰੀ ਵੀ ਨੇ ਕਾਰਗੋ ਜਹਾਜ਼ਾਂ ਦੇ ਉੱਤੇ ਇਹ ਜਿਹੜਾ ਹੁਕਮ ਉਹ ਲਾਗੂ ਨਹੀਂ ਹੋਵੇਗਾ ਹੁਣ ਗੱਲ ਕਰਦੇ ਆ ਪੰਜਾਬ ਦੇ ਸਭ ਤੋਂ ਹੌਟ ਮੁੱਦੇ ਦੀ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਜਿਹੜੀ ਰੇਤੇ ਦੀ ਉਸ ਮਾਈਨਿੰਗ ਤੋਂ ਬਾਅਦ ਈਡੀ ਨੇ ਜਿਹੜੀ ਛਾਪੇਮਾਰੀ ਕੀਤੀ ਹੈ ਮੰਗਲਵਾਰ ਨੂੰ ਉਸ ਦੇ ਵਿੱਚ ਇੱਕ ਨਵੀਂ ਜਾਣਕਾਰੀ ਈਡੀ ਨੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਛਾਪਿਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਭਤੀਜੇ ਦੇ ਘਰੋਂ ਕਰੀਬ 8 ਕਰੋੜ ਰੁਪਏ ਸਨੇ ਕੁੱਲ 10 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਅਦਕਾਨੀਆਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਰੇਤ ਮਾਈਨਿੰਗ ਖਿਲਾਫ ਮਨੀ ਲਾਂਡਰਿੰਗ ਜਾਂਚ ਸੰਬੰਧੀ ਮੰਗਲਵਾਰ ਨੂੰ ਛਾਪੇ ਮਾਰੇ ਗਏ ਸੀ ਤੇ ਕਾਰਵਾਈ ਬੁੱਧਵਾਰ ਤੱਕ ਪੂਰੀ ਹੋਈ ਹੈ ਏਜੰਸੀ ਨੇ ਕਈ ਦਸਤਾਵੇਜ਼ ਤੇ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਨੇ ਸੂਤਰਾਂ ਦੇ ਦੱਸਣ ਦੇ ਮਤਾਬਿਕ ਇਸ ਕਾਰਵਾਈ ਦੌਰਾਨ ਕਰੀਬ 10 ਕਰੋੜ ਰੁਪਏ ਦੀ ਨਗਦੀ ਜ਼ਬਤ ਕੀਤੀ ਗਈ ਹੈ ਜਿਸ ਵਿੱਚ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ ਹਨੀ ਦੇ ਘਰੋਂ ਕਰੀਬ 8 ਕਰੋੜ ਰੁਪਏ ਮਿਲੇ ਨੇ ਇਕੱਲੇ ਭਤੀਜੇ ਦੇ ਘਰੋਂ 8 ਕਰੋੜ ਤੇ ਬਾਕੀ ਜਿਹੜੀ ਟੋਟਲ 12 ਥਾਵਾਂ ਤੇ ਛਾਪੇ ਮਾਰੇ ਸੀ 2 ਕਰੋੜ ਬਾਕੀ ਥਾਵਾਂ ਤੋਂ ਮਿਲੇ ਨੇ ਕੁੱਲ ਮਿਲਾ ਕੇ ਉਹਨਾਂ ਦੱਸਿਆ ਕਿ ਸੰਦੀਪ ਕੁਮਾਰ ਵੱਜੋਂ ਪਛਾਣੇ ਗਏ ਵਿਅਕਤੀ ਨਾਲ ਜੁੜੇ ਕੰਪਲੈਕਸ ਤੋਂ 2 ਕਰੋੜ ਰੁਪਏ ਜ਼ਬਤ ਕੀਤੇ ਗਏ ਨੇ ਸੰਘੀ ਜਾਂਚ ਏਜੰਸੀ ਜਲਦੀ ਹੀ ਇਹਨਾਂ ਨੂੰ ਸੱਮਨ ਭੇਜ ਸਕਦੀ ਹੈ ਏਜੰਸੀ ਨੇ ਸਾਬਜਾਦਾ ਅਜੀਤ ਸਿੰਘ ਨਗਰ ਸਮੇਤ ਚੰਡੀਗੜ੍ਹ ਲੁਧਿਆਣਾ ਤੇ ਪਠਾਨਕੋਟ ਸਮੇਤ ਸੂਬੇ ਦੇ ਦਰਜਨਾ ਥਾਵਾਂ ਤੇ ਛਾਪੇ ਮਾਰੇ ਸੀ ਤੇ ਨਾ ਛਾਪਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਸਿਆਸੀ ਪੁਚਾਲ ਆਇਆ ਹੋਇਆ ਹੈ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਨੇ ਉਹ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਕਿ ਈਡੀ ਨੇ ਬੁੱਧਵਾਰ ਨੂੰ ਪੰਜਾਬ ਤੇ ਜੰਮੂ ਕਸ਼ਮੀਰ ਦੇ ਰੇਤਾ ਕਾਰੋਬਾਰ ਦੇ ਸੰਬੰਧ ਵਿੱਚ ਪਠਾਨਕੋਟ ਦੇ ਵਿੱਚ ਕਾਂਗਰਸੀ ਲੀਡਰ ਸੁਨੀਲ ਜੋਸ਼ੀ ਦੇ ਘਰ ਵੀ ਛਾਪੇਮਾਰੀ ਕੀਤੀ ਈਡੀ ਨੇ ਇਸ ਸੰਬੰਧੀ ਰਿਕਾਰਡ ਆਪਣੇ ਕਬਜ਼ੇ ਦੇ ਵਿੱਚ ਲਿਆ ਹੈ ਇਸ ਪੱਖ ਦੇ ਮੁੱਦੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਇੰਨਾ ਜ਼ਿਆਦਾ ਬਾਬਾਦਿਆ ਕਿ ਉਹਨਾਂ ਨੂੰ ਆਪਣੇ ਵਜ਼ੀਰਾਂ ਦੀ ਫੌਜ ਦੇ ਨਾਲ ਪ੍ਰੈਸ ਕਾਨਫਰੰਸ ਕਰਨੀ ਪਈ ਮੀਡੀਆ ਵੀ ਲਗਾਤਾਰ ਇਸ ਮੁੱਦੇ ਦੇ ਦੁਆਲੇ ਹੋਇਆ ਹੋਇਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸ਼ਤੇਦਾਰ ਦੇ ਘਰ ਜਿਹੜੇ ਛਾਪੇ ਪਏ ਨੇ ਉਸ ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੀ ਮੌਕੇ ਸੁਰੱਖਿਆ ਦੇ ਵਿੱਚ ਕਥਿਤ ਕੁਤਾਹੀ ਦੇ ਜਿਹੜੇ ਦੋਸ਼ ਲਾਏ ਨੇ ਉਹਨਾਂ ਨੂੰ ਲੈ ਕੇ ਮੈਂ ਪੰਜਾਬੀਆਂ ਦੇ ਹੱਕ ਵਿੱਚ ਖੜਿਆ ਤਾਂ ਮੈਨੂੰ ਪੰਜਾਬ ਦੇ ਹੱਕ ਵਿੱਚ ਖੜਨ ਦਾ ਖਮਿਆਜ਼ਾ ਭੁਗਤਣਾ ਪਿਆ ਹੈ ਕੇਂਦਰ ਪੰਜਾਬ ਤੋਂ ਬਦਲਾ ਲੈਣਾ ਚਾਹੁੰਦਾ ਹੈ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਪੰਜਾਬ ਤੋਂ ਬਦਲਾ ਲੈ ਰਹੇ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬ੍ਰਹਮਹਿੰਦਰਾ ਸੁਖ ਸਰਕਾਰਿਆ ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਚੰਨੀ ਦੇ ਨਾਲ ਮੌਜੂਦ ਸਨ ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਅਸੀਂ ਜ਼ੁਲਮ ਦੇ ਮੂਰੇ ਝੁਕਾਂਗੇ ਨਹੀਂ ਮੇਰੇ ਤੇ ਕੋਈ ਦਾਗ ਨਹੀਂ ਹੈ ਇਸ ਕਰਕੇ ਮੈਨੂੰ ਦਾਗ ਹੀ ਬਣਾ ਕੇ ਚੋਣਾ ਮੇਰੀਆਂ ਨਾਂ ਲੜੀਆਂ ਜਾਣ ਇਹ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਦਿੱਲੀ ਪੰਜਾਬ ਨੂੰ ਪਹਿਲਾਂ ਵਾਂਗੂ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ ਵੀ ਕੇਂਦਰ ਸਰਕਾਰ ਨੇ ਅਜਿਹੇ ਹੱਥਕੰਡੇ ਅਪਣਾਏ ਸੀ ਪਰ ਫਿਰ ਵੀ ਉੱਥੇ ਕਾਮਯਾਬ ਨਹੀਂ ਹੋ ਸકી ਸੀ ਚੰਨੀ ਨੇ ਵੀ ਖਦਸ਼ਾ ਜਤਾਇਆ ਹੈ ਕਿ ਮੇਰੇ ਵਾਂਗੂ ਮੇਰੀ ਕੈਬਨਟ ਦੇ ਮੰਤਰੀਆਂ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਜਾਊਗੀ ਤਾਂ ਕਿ ਅਸੀਂ ਚੋਣਾ ਨਾ ਲੜ ਸਕੀਏ ਚੰਨੀ ਨੇ ਵੀ ਖੁਲਾਸਾ ਕੀਤਾ ਕਿ ਜਦੋਂ ਈਡੀ ਦੇ ਅਧਿਕਾਰੀ ਮੇਰੇ ਰਿਸ਼ਤੇਦਾਰ ਮੇਰੇ ਭਤੀਜੇ ਦੇ ਘਰੋਂ ਗਏ ਨੇ ਪੂਰਾ ਮੰਗਲਵਾਰ ਦਾ ਦਿਨ ਤੇ ਰਾਤ ਰਹੇ ਤੇ ਬੁੱਧਵਾਰ ਨੂੰ ਸਵੇਰੇ ਗਏ ਨੇ ਜਾਂਦੇ ਹੋਏ ਧਮਕਾ ਆ ਕੇ ਗਏ ਨੇ ਕਿ ਨਾਮਜ਼ਦਗੀ ਭਰੀ ਜਾਊਗੀ ਤੇ ਪੋਲਿੰਗ ਹੋਊਗੀ ਤਾਂ ਅਸੀਂ ਵਾਪਸ ਆਵਾਂਗੇ ਤਾਂ ਕਿ ਉਹ ਸਾਨੂੰ ਚੋਣਾ ਲੜਨ ਤੋਂ ਰੋਕ ਸਕਣ ਇਹ ਧਮਕੀ ਦੇ ਕੇ ਗਏ ਨੇ ਮੁੱਖ ਮੰਤਰੀ ਚੰਨੀ ਨੇ ਇਸ ਗੱਲ ਤੋਂ ਅਣਜਾਣਪੁਣਾ ਦਿਖਾਇਆ ਕਿ ਜੋ ਮੇਰੇ ਭਤੀਜੇ ਦੇ ਘਰੋਂ ਉਹਨਾਂ ਦੇ ਭਤੀਜੇ ਦੇ ਘਰੋਂ ਜੋ 8 ਕਰੋੜ ਰੁਪਏ ਜ਼ਬਤ ਹੋਏ ਨੇ ਉਹ ਕਹਿੰਦੇ ਮੈਨੂੰ ਇਸ ਰਿਕਵਰੀ ਬਾਰੇ ਕੁਝ ਨਹੀਂ ਪਤਾ ਮੇਰਾ ਭਤੀਜਾ ਹੀ ਦੱਸ ਸਕਦਾ ਪਰ ਮੁੱਖ ਮੁਲਜ਼ਮੇ ਦੇ ਵਿੱਚ ਕੁਦਰਤਜੀਤ ਸਿੰਘ ਹੈ ਤੇ ਸਾਰਾ ਮਾਮਲਾ ਮੇਰੇ ਭਤੀਜੇ ਵੱਲ ਮੋੜਿਆ ਜਾ ਰਿਹਾ ਹੈ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਬਾਰੇ ਮੋੜ ਆਪਣੇ ਉਹੀ ਬਿਆਨ ਵੀ ਦੁਹਰਾਏ ਪੰਜਾਬ ਦੇ ਵਿੱਚ ਕੋਸ਼ਿਸ਼ ਕਰਨੀ ਕਿ ਕਿ ਅਸੀਂ ਰਾਸ਼ਟਰਪਤੀ ਦਾ ਰਾਜ ਵਿਭਾਗੀ ਨਹੀਂ ਲੱਗਦਾ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਬੰਦਿਆਂ ਨੂੰ ਇਲੈਕਸ਼ਨ ਨਾ ਕਰ ਦਿੱਤਾ ਜਾਵੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਰਨ ਇਹ ਕਰਕੇ ਉਹਨਾਂ ਨੂੰ ਪਰੇਸ਼ਾਨ ਕਰੋ ਨੋਮੀਨੇਸ਼ਨ ਨਾ ਕਰ ਦੋ ਆ 2011 ਦੀ ਇਸ ਤਰੀਕਾ ਇਹਦੇ ਵਿੱਚ 26 ਬੰਦਿਆਂ ਦੇ ਨਾਮ ਹੈ ਸ਼ਬੀਨ ਬੰਦੇ ਇੱਕ ਮਕਾ ਕੁਦਰਤੀਪ ਸਿੰਘ ਹੈ ਉਸ ਨੂੰ ਉਹਦੇ ਕਾਰੇ ਕੀਤੀ ਨਾਲ ਨਿਰਭਾਣ ਜਾ ਉਹਦੇ ਕਾਰੇ ਕੀਤੀ ਇਹ ਇਕੱਲਾ ਕੋਈ ਪੜਦੇ ਕੋਈ ਨਾਮ ਨਹੀਂ ਤੇ ਇਹ ਵੀ ਇਹ ਪਿਆਨੀ ਆਪਣੀ ਤੋਂ ਦੇਦਨ ਸਿਰਫ ਉਹਦੇ ਇੱਕ ਦੋਸਤ ਦੇ ਨਾਮ ਨਾਲ ਕੇ ਰੇਡ ਕਰਦੀ ਹੈ ਸਾਰੇ ਕੋਈ ਦੰਦ ਮੰਦਨਾ ਕਰਾ ਦੇ ਇਲੈਕਸ਼ਨ ਦੇ ਪ੍ਰਭਾਵ ਕੋਲ ਨਹੀਂ ਕਰ ਟੋਡਨ

ਕੋਈ ਪ੍ਰਚਾਰ ਨਹੀਂ ਕਰਿਆ ਪਰ ਆਨੰਦ ਮਾਤ੍ਰੀ ਦੀ ਤੇ ਵੀ ਤੇ ਕਈ ਲੋਕਾਂ ਦੇ ਨਾਲ ਖੜਾ ਹੋਇਆ ਸੀ ਤਾਂ ਜੇ ਇਹ ਵੀ ਤੋਂ ਬਦਲਿਆ ਜਾ ਗਿਆ ਰਾਜ ਪੰਜਾਬ ਦੇ ਲੋਕ ਵੀ ਮਿਲਣ ਨਾ ਪੜੇ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਡਿਪਟੀ ਸੀਐਮ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬੜੇ ਤਿੱਖੇ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਹਾਂ ਅਸੀਂ ਗ੍ਰਿਫਤਾਰੀਆਂ ਦੇਣ ਦੇ ਲਈ ਵੀ ਤਿਆਰ ਹਾਂ ਸਾਨੂੰ ਦਿੱਲੀ ਤੋਂ ਫੋਨ ਕਰ ਕਰਕੇ ਧਮਕਾਇਆ ਜਾਂਦਾ ਹੈ ਤੇ ਸਾਡੇ ਖਿਲਾਫ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਡਰਾਂਗੇ ਨਹੀਂ ਨਾਹੀ ਝੁਕਾਂਗੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਵੀ ਬੜੇ ਵੱਡੇ ਇਲਜ਼ਾਮ ਲਾਏ ਨੇ ਅਤੇ ਸੀਐਮ ਚੰਨੀ ਦਾ ਅਸਤੀ ਫਾ ਮੰਗਲਿਆ ਕੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਦਾਵਾ ਵੀ ਕੀਤਾ ਕਿ ਜੇ ਮੁੱਖ ਮੰਤਰੀ ਚੰਨੀ ਦੀ ਖੁੱਦ ਹੀ ਰਿਹائش ਦੇ ਉੱਤੇ ਛਾਪਾ ਵੱਜੇ ਤਾਂ 10 ਕਰੋੜ ਨਹੀਂ ਉਸ ਤੋਂ ਵੀ ਵੱਧ ਮਿਲਣਗੇ ਵੱਡੀ ਰਾਸ਼ੀ ਮਿਲੇਗੀ ਕਿਉਂਕਿ ਸਭ ਤੋਂ ਵੱਡਾ ਰੇਤ mafia ਚੰਨੀ ਹੀ ਹੈ ਨਾਲ ਹੀ ਸੁਵੀਰ ਬਾਦਲ ਨੇ ਇਹ ਵੀ ਕਿਹਾ ਕਿ ਇੱਕ ਮਹੀਨਾ ਹੋਰ ਤੁਸੀਂ ਉਡੀਕ ਕਰ ਲਓ ਉਸ ਤੋਂ ਬਾਅਦ ਚੰਨੀ ਨੇ ਮਹੀਨੇ ਬਾਅਦ ਫੜਿਆ ਹੀ ਜਾਣਾ ਹੈ ਕਿਉਂਕਿ ਇਹਨਾਂ ਦੇ ਰੇਤ mafia ਦੇ ਨਾਲ ਤਾਰ ਜੁੜੇ ਹੋਏ ਨੇ ਸਭ ਤੋਂ ਵੱਡਾ ਰੇਤ mafia ਚੰਨੀ ਹੈ ਮੈਂ 2 ਮਹੀਨੇ ਦਾ ਕਹਿ ਰਿਹਾ 3 ਮਹੀਨੇ ਤੋਂ ਕਹਿ ਰਿਹਾ ਸਾਰਾ ਪੈਸਾ ਜੇ ਰੇਡ ਮਾਰੀ ਹੈ ਜੇ ਕੋਈ ਨਹੀਂ ਲੱਭਦਾ ਤਾਂ ਕਹਿ ਸਕਦੇ ਸੀ ਹੁਣ ਕਰੋੜਾ ਰੁਪਏ ਆ ਕਰੋੜਾ ਰੁਪਏ ਕੈਸ਼ ਲੱਭਿਆ ਫਿਰ ਉਹ ਚੰਨੀ ਇਹਦਾ ਇਹਨੇ ਆਪ ਤਾਂ ਨਹੀਂ ਲੱਗੇ ਆਏ ਆ ਇਹਦਾ ਜਵਾਬ ਦੇਣ ਜਿਹੜੇ ਰਾਤ ਨੂੰ ਚੰਨੀ ਨੇ 50 ਪੁਲਿਸ ਦੀਆਂ ਗੱਡੀਆਂ ਚ ਪੈਸਾ ਕੱਢਿਆ ਉਹ ਕਿੱਧਰ ਗਿਆ ਮੈਨੂੰ 50 ਪੁਲਿਸ ਦੇ ਲੋਕਾਂ ਨੇ ਦੱਸਿਆ ਉਥੋਂ ਨੇ ਕਿ ਚੰਨੀ ਨੇ ਸਾਡੀਆਂ ਗੱਡੀਆਂ ਚ ਆਪਣੇ ਜਿਹੜੇ ਸੂਟਕੇਸ ਭਰ-ਭਰ ਕੇ ਪੈਸੇ ਰਾਤ ਕੱਢਿਆ ਆ ਸਾਰੀ ਚੀਜ਼ ਦੀ ਇਨਕੁਆਰੀ ਹੋ ਗਏ ਮਹੀਨਾ ਟੁੱਟ ਜਾ ਚੰਨੀ ਫੜਿਆ ਜਾਣਾ ਕਿਉਂਕਿ ਇਹਨੇ ਸਭ ਤੋਂ 3 ਮਹੀਨੇ ਕਰੋੜਾ ਰੁਪਏ ਲੁੱਟਿਆ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਮੁੱਖ ਮੰਤਰੀ ਚੰਨੀ ਨੂੰ ਨਿਸ਼ਾਨੇ ਤੇ ਲਿਆ ਹੈ ਰਾਗਵ ਚੱਡਾ ਨੇ ਵੀ ਖਾਸ ਪ੍ਰੈਸ ਕਾਨਫਰੰਸ ਕੀਤੀ ਰਾਗਵ ਚੱਡਾ ਨੇ ਕਿਹਾ ਕਿ ਜਿਹੇ ਛਾਪੇ ਈਡੀ ਦੇ ਛਾਪੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਵੀ ਪਏ ਸੀ ਪਰ ਉਹਨਾਂ ਦੇ ਘਰੋਂ 10 ਮਾਫਲਰ ਮਿਲੇ ਸੀ ਜਦਕਿ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ 10-10 ਕਰੋੜ ਰੁਪਏ ਮਿਲ ਰਹੇ ਨੇ ਉਹਨਾਂ ਨੇ ਆਪਣੇ ਲੀਡਰਾਂ ਨੂੰ ਆਮ ਆਪ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਦੁੱਧ ਧੋਤੀ ਦੱਸਿਆ ਹੈ ਅਤੇ ਕਾਂਗਰਸ ਦੇ ਮੰਤਰੀਆਂ ਬਾਰੇ ਬਿਆਨ ਦਿੱਤਾ ਹੈ ਕਿ ਕਾਂਗਰਸ ਦੇ ਸਾਰੇ ਲੀਡਰ ਹੀ ਮਾਫੀਆ ਦੇ ਨਾਲ ਜੁੜੇ

ਸਿੱਧੂ ਨੇ ਕਿਹਾ ਕਿ ਰੇਤੇ ਦੀ ਨਜਾਇਜ਼ ਮਾਈਨਿੰਗ ਤੇ ਠੱਲ ਹੈ ਜਿਹੜੀ ਉਹ ਪੰਜਾਬ ਮਾਡਲ ਦੇ ਰਾਹੀਂ ਹੀ ਪੈਸ ਤੱਕਦੀ ਹੈ ਜਿਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਹਿੰਦੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਸਿਰਫ ਪੰਜਾਬ ਮਾਡਲ ਹੀ ਸੂਬੇ ਚ ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰ ਸਕਦਾ ਹੈ ਰੇਤੇ ਦੀ ਮਾਈਨਿੰਗ ਦਾ ਪੂਰਾ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੋਣਾ ਚਾਹੀਦਾ ਰੇਤ ਕਾਰਪੋਰੇਸ਼ਨ ਬਣਾ ਕੇ ਹੀ ਟੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲੱਗੂਗੀ ਇਹ ਜਿਹੜੀ ਤੁਸੀਂ ਫੂਡ ਸਿਕਿਉਰਿਟੀ ਦੀ ਗੱਲ ਕਰਦੇ ਹੋ ਪੀ ਡੀ ਐਸ ਜਿਹੜਾ ਇਹਨਾਂ ਨੇ 70 ਕਰੋੜ ਤੋਂ ਅੱਜ 40 ਕਰੋੜ ਕਰਤਾ ਬਗੈਰ ਅੰਕੜੇ ਦੱਸੇ ਇਹ ਕਾਂਗਰਸ ਲੈ ਕੇ ਆਈ ਫੂਡ ਸਿਕਿਉਰਿਟੀ ਦੇ ਇਲਾਵਾ ਅਗਰ ਤੁਸੀਂ ਦੇਖੋ ਕਿੰਨੀਆਂ ਚੀਜ਼ਾਂ ਕਾਂਗਰਸ ਲੈ ਕੇ ਆਈ ਭਾਈ ਐਮਐਸਪੀ ਲਿਆਉਣ ਵਾਲਾ ਕੌਣ ਸੀ ਐਮਐਸਪੀ ਕਾਂਗਰਸ ਲੈ ਕੇ ਆਈ ਐਮਐਸਪੀ ਦੇ ਅਲਾਪਹਿਲਾ ਸੋਲੂਸ਼ਨ ਇਹ ਦਿੰਦਾ ਹੈ ਕਿ ਅਸੀਂ ਮਾਫੀਆ ਮਾਰ ਕੇ ਮਾਫੀਆ ਨਕਸ਼ੇ ਤੋਂ ਮਿਟਾ ਕੇ ਅਸੀਂ ਇੱਕ ਐਸਾ ਰਾਜ ਕਾਇਮ ਕਰਨਾ ਚਾਹੁੰਦੇ ਆ ਕਿ 25 30 ਹਜ਼ਾਰ ਕਰੋੜ ਇਹ 17 18 ਹਜ਼ਾਰ ਕਰੋੜ ਰੁਪਏ ਟੈਕਸ ਕੰਪਲਾਈਂਸ ਦਾ ਇਸ 50000 ਕਰੋੜ ਨੂੰ ਸੈਂਟਰ ਦੀਆਂ ਸਕੀਮਾਂ ਚ ਲਿਜਾ ਕੇ ਡਬਲ ਕਰਕੇ ਲੋਕਾਂ ਦੀ ਤਾਕਤ ਲੋਕਾਂ ਨੂੰ ਮੋੜੀਏ ਹਿੱਸੇਦਾਰ ਬਣਾ ਕੇ ਸ਼ੇਅਰਹੋਲਡਰ ਬਦਲੀ ਘਟਾਲੇ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਂਤ ਚੱਟੂਪਾਧਿਆ ਇਹਦੇ ਜਾਲੀ ਦਸਖਤਾਂ ਦੇ ਮਾਮਲੇ ਵਿੱਚ ਦੋ ਸੁਪਰਡੈਂਟ ਅਤੇ ਇੱਕ ਹਵਾਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਜਾਲੀ ਸਾਈਨ ਕਰਕੇ ਸਾਬਕਾ ਡੀਜੀਪੀ ਸਿਧਾਂਤ ਦੇ ਜਾਲੀ ਸਾਈਨ ਕਰਕੇ 43 ਤੋਂ ਵੱਧ ਬਦਲੀਆਂ ਦੇ ਜਿਹੜੇ ਆਰਡਰ ਨੇ ਉਹ ਕੱਢ ਦਿੱਤੇ ਸੀ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਇਹ ਜਾਲੀ ਨੇ 8 ਜਨਵਰੀ ਨੂੰ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਦੀਆਂ ਬਦਲੀਆਂ ਤੇ ਪ੍ਰਮੋਸ਼ਨਾਂ ਦਾ ਨੋਟਿਸ ਜਾਰੀ ਹੋਇਆ ਸੀ ਜਿਸ ਤੇ ਡੀਜੀਪੀ ਦੇ ਜਾਲੀ ਦਸਖਤ ਹੋਏ ਸੀ ਨੇ ਉਸ ਵਕਤ ਵੀ ਕਿਹਾ ਸੀ ਕਿ ਮੇਰੇ ਦਸਕਤ ਨਹੀਂ ਹੈਗੇ ਮਾਮਲੇ ਦੇ ਜਾਂਚ ਆਈ ਤਾਂ ਪਤਾ ਲੱਗਿਆ ਹੈ ਕਿ ਇੱਕ ਦੋ ਸੁਪਰਡੈਂਟ ਤੇ ਇੱਕ ਹਵਲਦਾਰ ਨੇ ਅਜਿਹਾ ਅਜਿਹਾ ਕਾਰਜ ਜਿਹੜਾ ਉਹ ਕੀਤਾ ਸੀ ਪੰਜਾਬ ਦੇ ਵਿੱਚ ਵੋਟਾਂ ਦੇ ਨਾਲ ਜੁੜੀਆਂ ਸਾਰੀਆਂ ਅਪਡੇਟਸ ਹੁਣ ਤੁਹਾਨੂੰ ਦੱਸ ਦਿੰਨੇ ਹਾਂ ਸਭ ਤੋਂ ਅਹਿਮ ਅਪਡੇਟ ਇਹ ਹੈ ਕਿ ਚੋਣ ਕਮਿਸ਼ਨ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਹੈ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਿਹੜੀਆਂ ਰੇਂਜਾਂ ਨੇ ਪੰਜਾਬ ਦੀਆਂ ਬਠਿੰਡਾ ਫਰੀਦਕੋਟ ਅਤੇ ਪਟਿਆਲਾ ਦੇ ਆਈਜੀ ਅਤੇ ਡੀਆਈਜੀ ਬਦਲ ਦਿੱਤੇ ਨੇ 8 ਜ਼ਿਲ੍ਹਾ ਪੁਲਿਸ ਮੁਖੀ ਬਦਲ ਦਿੱਤੇ ਨੇ 2 ਡੀਸੀ ਤੇ 19 ਡੀਐਸਪੀ ਵੀ ਬਦਲ ਦਿੱਤੇ ਨੇ ਉਧਰ ਕਾਂਗਰਸ ਦੇ ਵਿੱਚ ਜਿਹੜੀਆਂ ਬਗਗੀ ਸੁਰਾਂ ਉੱਠੀਆਂ ਹੋਈਆਂ ਨੇ ਉਸ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਦੁਆਬੇ ਦੇ ਚਾਰ ਕਾਂਗਰਸੀ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਖਿਲਾਫ ਜਿਹੜਾ ਮੋਰਚਾ ਖੋਲ੍ਹਿਆ ਹੈ ਉਸ ਦੇ ਵਿੱਚ ਹੁਣ ਰਾਣਾ ਗੁਰਜੀਤ ਸਿੰਘ ਨੇ ਚੁਣੌਤੀ ਦਿੱਤੀ ਹੈ ਰਾਣਾ ਗੁਰਜੀਤ ਸਿੰਘ ਨੇ ਦੁਆਬੇ ਦੇ ਚਾਰ ਵਿਧਾਇਕਾਂ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਦਾ ਸਖਤ ਲਹਿਜ਼ੇ ਵਿੱਚ ਜਵਾਬ ਦਿੱਤਾ ਹੈ ਮੀਡੀਆ ਦੇ ਵਿੱਚ ਰਾਣਾ ਨੇ ਕਿਹਾ ਕਿ ਹਾਈ ਕਮਾਂਡ ਨੂੰ ਚਿੱਠੀ ਲਿਖਣਾ ਹਰੇਕ ਦਾ ਹੱਕ ਹੈ ਵਿਧਾਇਕਾਂ ਵੱਲੋਂ ਲਿਖੀ ਚਿੱਠੀ ਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਇਹ ਹੁਣ ਸੋਨੀਆ ਗਾਂਧੀ ਨੇ ਦੇਖਣਾ ਹੈ ਜੇ ਮੈਨ ਕੰਮ ਆਇਆ ਤਾਂ ਸੋਨੀਆ ਗਾਂਧੀ ਮੈਨੂੰ ਕੱਢ ਦੇਣ ਜੇ ਕੰਮ ਦਾ ਹੋਇਆ ਤਾਂ ਨਹੀਂ ਕੱਢਣਗੇ ਉਹਨਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਚੀਕਾਂ ਮਾਰਦੇ ਹੋ ਕਿ ਰਾਣਾ ਦੁਆਬੇ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਰਾਣੇ ਨੂੰ ਦੁਆਬੇ ਦੇ ਲੋਕ ਪਿਆਰ ਕਰਦੇ ਨੇ ਮੈਂ ਮਿਹਨਤ ਕੀਤੀ ਹੈ ਮੈਂ ਲੋਕਾਂ ਦੀ ਸੇਵਾ ਕਰਦਾ ਚੀਕਾਂ ਨਾ ਮਾਰੋ ਜੇ ਹਿੰਮਤ ਹੈ ਤਾਂ ਚਾਰੇ ਦੇ ਚਾਰੇ ਇਕੱਠੇ ਹੋ ਜਾਓ ਕਪੂਰ ਥਲੇ ਆ ਕੇ ਰਾਣੇ ਨੂੰ ਹਰਾਓ ਫੇਰ ਤੁਹਾਨੂੰ ਲੋਕ ਦੱਸਣਗੇ ਦਾ ਅਸਲ ਇਹਦੇ ਵਿੱਚ ਸੁਪਾਲ ਖੈਰਾ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਜਿਨ੍ਹਾਂ ਚਾਰ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖੀ ਗਈ ਹੈ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਸੁਲਤਾਨਪੁਰ ਲੋਧੀ ਪੁੱਤਰ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਇਹ ਚਿੱਠੀ ਹੈ ਜਿਹੜੀ ਉਹ ਲਿਖੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਦੇ ਨਾਲ ਗੱਠ ਜੋੜ ਕਰਨ ਵਾਲੀ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਨੇ ਵੀ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਸੰਘਰਸ਼ ਪਾਰਟੀ ਇਸ ਪਾਰਟੀ ਦਾ ਨਾਮ ਹੈ। ਚੜੂਨੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸਮਾਣਾ ਤੋਂ ਰਚਪਾਲ ਸਿੰਘ ਜੋੜਾ ਮਾਜਰਾ ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨਾਬਾ ਤੋਂ ਬਰਿੰਦਰ ਕੁਮਾਰ ਬਿੱਟੂ ਅਤੇ ਸ਼ਾਹਕੋਟ ਤੋਂ ਡਾਕਟਰ ਜਗਤ ਸਿੰਘ ਚੰਦੀ ਤੋਂ ਇਲਾਵਾ ਨੌ ਉਮੀਦਵਾਰਾਂ ਦਾ ਐਲਾਨ ਹੈ ਜਿਹੜਾ ਉਹ ਅਜਨਾਲਾ ਦਾਖਾ ਗੁਰਦਾਸਪੁਰ ਸੰਗਰੂਰ ਅਤੇ ਡਿੜਬਾ ਤੋਂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਨੇ ਵੀ 17 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਧਰਮਕੋਟ ਤੋਂ ਹਰਪ੍ਰੀਤ ਸਿੰਘ ਜ਼ੀਰੇ ਤੋਂ ਮੇਗ ਰਾਜ ਰੱਲਾ ਵਡਲਾਡੇ ਤੋਂ ਕ੍ਰਿਸ਼ਨ ਚੋਹਾਨ ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ ਅਤੇ ਇਸ ਤਰ੍ਹਾਂ 17 ਜਿਹੜੇ ਉਮੀਦਵਾਰ ਨੇ ਉਹ ਵੱਖ-ਵੱਖ ਹਲਕਿਆਂ ਤੋਂ ਐਲਾਨ ਦਿੱਤੇ ਗਏ ਨੇ ਉਧਰ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੀ ਚੋਣਾਂ ਵਿੱਚ ਹਮਾਇਤ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਤਿੰਨ ਦਿਨਾਂ ਦੀ ਵਿਚਾਰ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੀ ਇਹ ਰਹੀ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਕਹਿੰਦੇ ਕਿਸਾਨਾਂ ਦੇ ਬਾਰੇ ਸੋਚਣ ਲੱਗੀਆਂ ਨੇ ਉਹਣਾ ਨੇ ਹਰੇਕ ਕਿਸਾਨ ਨੂੰ ਇੰਡੀਵਿਜੂਅਲੀ ਹੱਕ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਨੂੰ ਆਪਣੇ ਵੋਟ ਦਾ ਹੱਕ ਦਾ ਜਿਹੜਾ ਇਸਤੇਮਾਲ ਹੈ ਉਹ ਦੇ ਸਕਦੇ ਨੇ ਕਰ ਸਕਦੇ ਨੇ ਪਰ ਕਿਸੇ ਵੀ ਪਾਰਟੀ ਨੂੰ ਸਿਆਸੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰਾਂਗੇ ਖੁੱਲੇ ਤੌਰ ਤੇ ਸਮਾਣੇ ਤੋਂ ਸਰਦਾਰ ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਆ ਬੈਠੇ ਨੇ ਫਤੇਗੜ ਸਾਹਿਬ ਤੋਂ ਸਰਬਜੀਤ ਜੀ ਮੱਖਣ ਅਖੜੇ ਨੇ ਨਾਬਾ ਤੋਂ ਬਰਿੰਦਰ ਕੁਮਾਰ ਮਿੱਟੂ ਜੀ ਗੁਰਦਾਸਪੁਰ ਤੋਂ ਜਿਹੜੇ ਸਾਡੇ ਯੂਵਾ ਪ੍ਰੈਜ਼ੀਡੈਂਟ ਨੇ ਇੰਦਰਪਾਲ ਸ਼ਾਹਕੋਟ ਤੋਂ ਡਾਕਟਰ ਡਾਕਟਰ ਜਗਤਾਰ ਸਿੰਘ ਚੰਦੀ ਜੋ ਜ ਪਹੁੰਚ ਨਹੀਂ ਸਕੇ ਅਜਨਾਲਾ ਤੋਂ ਚਰਨਜੀਤ ਸਿੰਘ ਜੀ ਗਾਲਿਬ ਡਿੜਬਾ ਤੋਂ ਮਾਲਵਿੰਦਰ ਸਿੰਘ ਜੀ ਤੇ ਦਾਖਾ ਤੋਂ ਹਰਪ੍ਰੀਤ ਸਿੰਘ ਜੀ ਮੱਖੂ ਤੇ ਸੰਗਰੂਰ ਤੋਂ ਜਗਦੀਪ ਸਿੰਘ ਜੀ ਨੇ ਜਿਹੜਾ ਮਿੰਟੂ ਮਿੰਟੂ ਤੌਰ ਜਿਹਨਾਂ ਨੂੰ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਉਮੀਦਵਾਰ ਆਖਿਰਕਾਰ ਐਲਾਨ ਦਿੱਤਾ ਹੈ ਹੁਣ ਦੂਸਰੀਆਂ ਪਾਰਟੀਆਂ ਦੇ ਉੱਤੇ ਵੀ ਦਬਾਅ ਵੱਧ ਗਿਆ ਹੈ ਤੇ ਵੱਡੀ ਪਾਰਟੀ ਹੈ ਕਾਂਗਰਸ ਕਿ ਕਸ਼ਮਰੀ ਕਾਲੀ ਦਲ ਨੇ ਪਹਿਲਾਂ ਤੋਂ ਹੀ ਸੁਖਵੀਰ ਬਾਦਲ ਨੂੰ ਚਿਹਰਾ ਬਣਾਇਆ ਹੋਇਆ ਹੈ ਕਾਂਗਰਸ ਪਾਰਟੀ ਹੈ ਜਿਹੜੀ ਉਸ ਦੇ ਕੋਲ ਹਾਲੇ ਤੱਕ ਸੀਐਮ ਦਾ ਚਿਹਰਾ ਨਹੀਂ ਹੈ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਤੈਅ ਕਰੇਗਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਕੌਣ ਅਗਵਾਈ ਕਰੇਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਮੈਨੀਫੈਸਟੋ ਦੇ ਵਿੱਚ ਮੈਂ ਪੰਜਾਬ ਦੇ 11 ਨੁਕਤੇ ਭੇਜੇ ਨੇ ਜਿਹੜੇ ਮੈਨੀਫੈਸਟੋ ਦਾ ਅਹਿਮ ਹਿੱਸਾ ਹੋਣਗੇ ਕਾਂਗਰਸ ਦੀ ਸਰਕਾਰ ਆਉਣ ਤੇ ਮਾਫੀਆ ਰਾਜ ਖਤਮ ਹੋਏਗਾ ਸਰਕਾਰ ਕੋਲ ਵਿਕਾਸ ਦੇ ਲਈ ਵਧੀਆ ਸਾਧਨ ਹੋਣਗੇ ਕਾਂਗਰਸ ਪ੍ਰਧਾਨ ਦਾ ਇਹ ਬਿਆਨ ਉਸ ਵਕਤ ਆਇਆ ਹੈ ਜਦੋਂ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਤਕਰੀਬਨ ਤਕਰੀਬਨ ਇਹ ਸੰਕੇਤ ਮਿਲੇ ਨੇ ਕਿ ਸੀਐਮ ਚੰਨੀ ਹੀ ਅਗਲੇ ਸੀਐਮ ਉਮੀਦਵਾਰ ਹੋਣਗੇ ਕਾਂਗਰਸ ਦੇ ਵੱਲੋਂ ਇਸੇ ਦਰਮਿਆਨ ਇੱਕ ਹੋਰ ਕਾਂਗਰਸ ਲੀਡਰ ਦਾ ਐਲਾਨ ਆਇਆ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਜਿਨ੍ਹਾਂ ਨੇ ਦਿੱਲੀ ਦੇ ਵਿੱਚ 올 ਇੰਡੀਆ ਕਾਂਗਰਸ ਪ੍ਰਧਾਨ ਸੁਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰੇਗੀ ਕਾਂਗਰਸ ਪਾਰਟੀ ਸਮੂਹਿਕ ਚਿਹਰਿਆਂ ਦੇ ਨਾਲ ਚੋਣਾਂ ਲੜੇਗੀ ਤੇ ਇਹਦਾ ਇਸ ਐਲਾਨ ਦੀ ਹਕੀਕਤ ਤੁਸੀਂ ਦੇਖ ਵੀ ਸਕਦੇ ਹੋ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਫਲੈਕਸ ਲੱਗੇ ਹੋਏ ਨੇ ਪੋਸਟਰ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਤਿੰਨ ਚਿਹਰੇ ਛਾਪੇ ਗਏ ਨੇ ਸੁਨੀਲ ਜਾਖੜ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਉਹਨਾਂ ਦੇ ਨਾਲ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੀਤ ਵਾਲਾ ਵੀ ਹਾਜ਼ਰ ਦਰਸਨ ਕਾਂਗਰਸ ਲੀਡਰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕੇਂਦਰੀ ਸਰਕਾਰ ਦਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਵਾ ਝੂਠਾ ਨਿਕਲਿਆ ਹੈ ਉਹਨਾਂ ਦੇ ਮੰਤਰੀਆਂ ਨੇ ਤਾਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਗੱਡੀ ਥੱਲੇ ਦੇ ਕੇ ਡਰੜ ਦਿੱਤਾ ਆਮ ਆਦਮੀ ਪਾਰਟੀ ਅਕਾਲੀ ਤੇ ਭਾਜਪਾ ਕਹਿੰਦੇ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਨੇ ਕੋਈ ਖਾਸ ਫਰਕ ਇਹਨਾਂ ਦੇ ਵਿੱਚ ਹੈ ਨਹੀਂ ਇਹਨਾਂ ਨੇ ਲੋਕਾਂ ਦੇ ਉੱਤੇ ਬੋਝ ਹੀ ਪਾਇਆ ਹੈ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਟ ਕੰਪਨੀਆਂ ਨੂੰ ਤਾਂ ਵੱਾਧੂ ਮੁਨਾਫਾ ਵੰਡ ਰਹੀਆਂ ਨੇ ਪਰ ਕਿਸਾਨਾਂ ਦੇ ਲਈ ਉਹਨਾਂ ਕੋਲੇ ਕੁਝ ਨਹੀਂ ਹੁੰਦਾ ਕਿਸਾਨ ਪੰਜਾਬ ਮਾਡਲ ਦੇ ਵਿੱਚ ਕਿਸਾਨਾਂ ਲਈ ਕੀ ਹੋਏਗਾ ਖਾਸ ਤੌਰ ਤੇ ਉਹ ਨਵਜੋਤ ਸਿੰਘ ਸਿੱਧੂ ਨੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰੀ ਕਾਂਗਰਸ ਕਿਸਾਨਾਂ ਦੀ ਜ਼ਿੰਦਗੀ ਬਦਲਣ ਦੇ ਲਈ ਚੋਣਾਂ ਲੜੇਗੀ ਸਾਡੀ ਸਰਕਾਰ ਆਉਣ ਤੇ ਨਵੀਆਂ ਸਕੀਮਾਂ ਰਾਹੀਂ ਝੋਨੇ ਵਰਗੀਆਂ ਫਸਲਾਂ ਤੇ ਨਿਰਪਰਤਤਾ ਘਟਾਈ ਜਾਵੇਗੀ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ ਸਟੋਰ ਕਰਨ ਦੀ ਇਜਾਜ਼ਤ ਹੋਵੇਗੀ ਨਵੇਂ ਕੋਲਡ ਸਟੋਰ ਅਸੀਂ ਬਣਾਵਾਂਗੇ ਕੋਆਪਰੇਟਿਵ ਐਕਟ ਨੂੰ ਸੋਧਿਆ ਜਾਏਗਾ ਫੂਡ ਪ੍ਰੋਸੈਸਿੰਗ ਦੇ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਾਂਗੇ ਔਰਤਾਂ ਨੂੰ ਖਾਸ ਤਵੱਜੋ ਦੇਾਂਗੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਉਹਨਾਂ ਲਈ ਦਿੱਤੇ ਜਾਣਗੇ ਖੇਤ ਮਜ਼ਦੂਰਾਂ ਲਈ ਨਵੇਂ ਨਿਯਮ ਬਣਾਵਾਂਗੇ ਇੱਕ ਨਿਸ਼ਚਿਤ ਮਜ਼ਦੂਰੀ ਉਹਨਾਂ ਨੂੰ ਮਿਲੇਗੀ ਕੁੱਲ ਮਿਲਾ ਕੇ ਇਸ ਨੀਤੀ ਦੇ ਤਹਿਤ ਕਿਸਾਨਾਂ ਦੀ ਨੀਤੀ ਦੇ ਤਹਿਤ ਕਿਸਾਨ ਮਜ਼ਦੂਰ ਤੇ ਖਾਸ ਤੌਰ ਤੇ ਔਰਤ ਵਰਗ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਕਿਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਜੋ ਉਸकी ਐਕਸਪਲੋਇਟੇਸ਼ਨ ਦਾ ਕਾਰਨ ਬਣਤੀ ਹੈ ਸਾਹਿਬ ਉਹ ਹੈ ਉਸਕੇ ਪਾਸ ਸਟੋਰੇਜ ਨਹੀਂ ਹੈ ਜਿੰਨੀ ਵੀ हमारी स्टोरेज है आज ड्राई ग्रेन के लिए चाहे वो चावल है चाहे वो गेहूं है हम वेयर हाउसिंग कॉरपोरेशन में किसान को यह इजाजत देंगे कि वो अपना कितना भी सामान स्टोर कर सकता है और 80 परसेंट विल बी गिवन टू हिम 80 परसेंट ऑफ वर्थ विल बी गिवन टू हिम एज लोन वो चाहे तीन महीने बाद बेचे चाहे चार महीने बाद बेचे जब भी बेचना चाहे वो बेचे द पंजाब मॉडल स्टेट्स कैटेगोरिकली राहुल जी की विजन को प्रियंका जी की विजन को सामने रखते हुए द पंजाब मॉडल स्टेट्स कैटेगोरिकली के भाई कोऑपरेटिव इज द फ्यूचर चाहे वो अमूल हो चाहे वो वेरका अगर आप देखें पंजाब में प्रॉफिट सबसे ज्यादा वेरका से आता है छोटा किसान और बड़े किसान की जो असमानता है वो मिट जाती है ਦੁਨੀਆ ਮੇ ਐਸਾ ਕੋਈ ਵੀ ਵਿਅਕਤੀ ਨਹੀਂ ਹੈ ਜੋ ਆਪਣੀ ਚੀਜ਼ ਬੇਚਨੇ ਜਾਏ ਔਰ ਰੇਟ ਕੋਈ ਔਰ ਤੈਅ ਕਰੇ ਪੰਜਾਬ ਦੇ ਵਿੱਚ ਵੋਟਾਂ ਦੇ ਮੈਦਾਨ ਦੇ ਵਿੱਚ ਨਿਤਰੀ ਹੋਈ ਜਿਹੜੀ ਇੱਕ ਧਿਰ ਹੈ ਗਠਜੋੜ ਧਿਰ ਬੀਜੇਪੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਟੀਮਸੇ ਦੀ ਸੰਯੁਕਤ ਅਕਾਲੀ ਦਲ ਪਾਰਟੀ ਇਹਨਾਂ ਤਿੰਨਾਂ ਦੇ ਵਿਚਾਲੇ ਸੀਟਾਂ ਦੀ ਵੰਡ ਤੇ ਸਹਿਮਤੀ ਬਣਨ ਦੀਆਂ ਖਬਰਾਂ ਹੁਣ ਮਿਲੀਆਂ ਨੇ ਹਾਲੇ ਤੱਕ ਉਮੀਦਵਾਰਾਂ ਦੀ ਅਨਾਉਂਸਮੈਂਟ ਨਹੀਂ ਹੋਈ ਹੈ ਗੱਠਜੋੜ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗਾ ਜਿਦੇ ਵਿੱਚੋਂ ਬੀਜੇਪੀ 60 ਤੋਂ 62 ਸੀਟਾਂ ਕੈਪਟਨ ਦੀ ਪਾਰਟੀ 38 ਤੋਂ 40 ਸੀਟਾਂ ਤੇ ਢਿੰਡਸਾ ਦੀ ਪਾਰਟੀ 10 ਤੋਂ 12 ਸੀਟਾਂ ਤੇ ਚੋਣ ਲੜੇਗੀ ਜਾਣਕਾਰੀ ਮਿਲੀ ਹੈ ਕਿ ਬੀਜੇਪੀ ਦੇ 40 ਉਮੀਦਵਾਰਾਂ ਦੇ ਨਾਂਵਾਂ ਤੇ ਮੋਰ ਲੱਗ ਚੁੱਕੀ ਹੈ ਅਤੇ ਇਹ ਜਿਹੜੀ ਸੂਚੀ ਹੈ ਇਸ ਦਾ ਐਲਾਨ ਵੀਰਵਾਰ ਨੂੰ ਹੋ ਸਕਦਾ ਹੈ ਦਲ ਬਦਲੀਆਂ ਦਾ ਜਿਹੜਾ ਰੁਝਾਨ ਹੈ ਉਹ ਵੀ ਲਗਾਤਾਰ ਚੱਲ ਰਿਹਾ ਹੈ ਤੇ ਇਸ ਵਾਰੀ ਤਾਂ ਨਵਾਂ ਹੀ ਜਿਹੜਾ ਰਿਵਾਜ ਸ਼ੁਰੂ ਹੋ ਗਿਆ ਦਲ ਬਦਲੀ ਕਰਨ ਤੋਂ ਬਾਅਦ ਫਿਰ ਆਪਣੇ ਦਲ ਦੇ ਵਿੱਚ ਵਾਪਸ ਆ ਰਹੇ ਨੇ ਲੀਡਰ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਤ ਛੱਡ ਕੇ ਵੱਡੀ ਗਿਣਤੀ ਦੇ ਵਿੱਚ ਵਰਕਰਾਂ ਤੇ ਲੀਡਰਾਂ ਨੇ ਅਕਾਲੀ ਦਲ ਬਸਪਾ ਜਿਹੜਾ ਗੱਠਜੋੜ ਹੈ ਉਸ ਨੂੰ ਜੁਆਇਨ ਕੀਤਾ ਹੈ ਤੇ ਸੁਬੀਰ ਬਾਦਲ ਨੇ ਖੁਦ ਇਹਨਾਂ ਸਾਰਿਆਂ ਨੂੰ ਪਾਰਟੀ 'ਚ ਸ਼ਾਮਲ ਕਰਾਇਆ ਤੇ ਧੰਨਵਾਦ ਕੀਤਾ ਹੈ। ਇਸ ਮੌਕੇ ਸੁਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਵੱਡਾ ਇਲਜ਼ਾਮ ਲਾਇਆ ਕਹਿੰਦੇ ਆਮ ਆਦਮੀ ਪਾਰਟੀ ਨੇ ਐਤਕੀ ਪੈਸੇ ਲੈ ਕੇ ਟਿਕਟਾਂ ਵੰਡੀਆਂ ਨੇ। ਬਿਲਕੁਲ ਮਾਲਵੇ ਤਾਂ ਮਾਲਵੇ ਵਿੱਚ ਤਾਂ ਆਮ ਆਦਮੀ ਪਾਰਟੀ ਖਤਮੀ ਹੋ ਗਈ ਹੈ। ਆਮਾਲਵੇ ਵਿੱਚ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ ਕਿਉਂਕਿ ਲੋਕੀ ਜਾਣਦੇ ਉਹਨਾਂ ਨੂੰ 20 ਸੀਟਾਂ ਜਿੱਤੇ ਸੀ 11 ਲੋਕੀ ਭੱਜ ਗਏ ਐ ਤੇ 9 ਭੱਜਣ ਦੀ ਤਿਆਰੀ ਚ ਹੈ ਲੋਕਾਂ ਨੇ ਉਹ ਉਹਦਾ ਕੋਈ ਕਮਾਂਡ ਨਹੀਂ ਜਿੰਨੇ ਕ੍ਰਿਮੀਨਲ ਹੈ ਤੁਸੀਂ ਦੇਖਿਆ ਹੋਣਾ ਜਿਹੜਾ ਡੇਰਾ ਬਾਬਾ ਨਾਨਕ ਜਿਹਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਉਹ ਟੈਰਰਿਸਟ ਹੈ ਐਂਟੀ ਨੈਸ਼ਨਲ ਐਕਟ ਲੱਗਿਆ ਉਹਦੇ ਤੇ ਉਵੇਂ ਜਿਹੜੇ ਕਈਆਂ ਦੇ ਪਰਚੇ ਹੋਏ ਐਕਸਟਰਸ਼ਨ ਦੇ ਮਰਡਰ ਦੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਐਕਤੀ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਸੀਟਾਂ ਵੇਚੀਆਂ ਸੋ ਜਿਹੜਾ ਵੱਧ ਪੈਸੇ ਦਿੰਦਾ ਸੀ ਜਿਹੜੇ ਆਮ ਕਾਡਰ ਸੀ ਉਹ ਰਿਜੈਕਟ ਨੈਗਲੈਕਟ ਹੋਇਆ ਹੈ ਇਹ ਦੇ ਕਰਕੇ ਦੇਖਿਆ ਬਹੁਤ ਵੱਡੀ ਮਕਾਬੜਤ ਹੈ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਐਮ ਚਿਹਰੇ ਦਾ ਉਮੀਦਵਾਰ ਬਣਾਏ ਜਾਣ ਤੇ ਫਿਰ ਫਿਰ ਸੁਬੀਰ ਬਾਦਲ ਨੇ ਬਿਆਨ ਦਿੱਤਾ ਹੈ ਕਿ ਕਿਲਜੀਵਾਲ ਨੂੰ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਲਈ ਕੋਈ ਚਿਹਰਾ ਨਹੀਂ ਮਿਲਿਆ ਚੰਗਾ ਉਮੀਦਵਾਰ ਨਹੀਂ ਮਿਲਿਆ ਤਾਂ ਭਗਵੰਤ ਮਾਨ ਨੂੰ ਹੀ ਹੁਣ ਅਖੀਰ ਤੇ ਉਮੀਦਵਾਰ ਬਣਾ ਦਿੱਤਾ ਹੈ ਕਹਿੰਦੇ ਇਸ ਮਾਮਲੇ ਵਿੱਚ ਭਗਵੰਤ ਮਾਨ ਦੇ ਕੋਲ ਬੈਠਿਆਂ ਹੁੰਦਿਆਂ ਹੋਇਆਂ ਕੇਜਰੀਵਾਲ ਕਈ ਵਾਰੀ ਕਹਿ ਚੁੱਕੇ ਨੇ ਕਿ ਪੰਜਾਬ ਨੂੰ ਚੰਗਾ ਮੁੱਖ ਮੰਤਰੀ ਦਾ ਉਮੀਦਵਾਰ ਦੇਣਗੇ ਸੋ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ ਨੇ ਉਹ ਆਪੋ ਆਪਣੇ ਸੋਸ਼ਲ ਮੀਡੀਆ ਸਾਧਨਾਂ ਦੇ ਰਾਹੀਂ ਜਿਹੜਾ ਹੈਗੇ ਪ੍ਰਚਾਰ ਕਰ ਰਹੀਆਂ ਨੇ ਧੂਆਂ ਧਾਰ ਪ੍ਰਚਾਰ ਹੈ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨੇ ਵਰਕਰ ਹੈਗੇ ਨੇ ਸੋਸ਼ਲ ਮੀਡੀਆ ਟੀਮ ਹੈ ਉਹ ਵੀ ਫੱਟੇ ਚੱਕ ਪ੍ਰਚਾਰ ਕਰ ਰਹੀ ਹੈ ਭਗਵੰਤ ਮਾਨ ਨੂੰ ਹੁਣ ਵੱਡਾ ਚਿਹਰਾ ਬਣਾ ਕੇ ਉਭਾਰਿਆ ਜਾ ਰਿਹਾ ਹੈ ਤੇ ਸਾਰੀਆਂ ਜਿਹੜੀਆਂ ਪੋਸਟਾਂ ਨੇ ਉਹ ਭਗਵੰਤ ਮਾਨ ਦੇ ਉੱਤੇ ਹੀ ਕੇਂਦਰਿਤ ਚੱਲ ਰਹੀਆਂ ਨੇ ਮੰਗਲਵਾਰ ਤੋਂ ਲੈ ਕੇ ਲਿਖਿਆ ਜਾ ਰਿਹਾ ਹੈ ਕਿ ਪੰਜਾਬ ਦੀ ਆਨ-ਵਾਨ ਤੇ ਸ਼ਾਨ ਸਰਦਾਰ ਭਗਵੰਤ ਮਾਨ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ ਇਮਾਨਦਾਰੀ ਦੀ ਮਿਸਾਲ ਭਗਵੰਤ ਮਾਨ ਨੂੰ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ ਵਿਰੋਧੀਆਂ ਤੇ ਭਗਵੰਤ ਮਾਨ ਦੇ ਪੋਸਟਰ ਵੀ ਬਣਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪੋਸਟਰਾਂ ਦੇ ਵਿੱਚ ਜਿਹੜਾ ਹੈਗਾ ਉਹ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ ਤੁਲਨਾ ਕੀਤੀ ਜਾ ਰਹੀ ਹੈ ਕਿ ਵਿਰੋਧੀਆਂ ਨੇ ਕੀ ਕੀਤਾ ਭਗਵੰਤ ਮਾਨ ਨੇ ਕੀ ਕੀਤਾ ਵਿਰੋਧੀਆਂ ਕਹਿੰਦੇ ਜਨਤਾ ਦੇ ਪੈਸੇ ਨਾਲ ਆਪਣੇ ਮਹਿਲ ਖੜੇ ਕਰਦੇ ਨੇ ਆਪਣਾ ਢਿੱਡ ਭਰਦੇ ਨੇ ਭਗਵੰਤ ਮਾਨ ਖੁਦ ਕਿਰਾਏ ਦੇ ਮਕਾਨ 'ਚ ਰਹਿੰਦੇ ਹੋਏ ਵੀ ਜਨਤਾ ਦੇ ਪੈਸੇ ਨੂੰ ਜਨਤਾ ਤੱਕ ਪਹੁੰਚਾ ਦਿੰਦੇ ਨੇ ਇਹ ਦਾਵਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵੱਖ-ਵੱਖ ਅਹੁਦੇਦਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ ਅਹੁਦੇਦਾਰਾਂ ਦੀ ਸੂਚੀ ਦੇ ਵਿੱਚ 43 ਜਣਿਆਂ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਹੈ ਤੇ ਇਹਨਾਂ ਅਹੁਦੇਦਾਰਾਂ ਦੇ ਵਿੱਚ ਸੂਬੇ ਦਾ ਜੁਆਇੰਟ ਸਕੱਤਰ ਹੈ ਜਿਹੜਾ ਮਨਦੀਪ ਸਿੰਘ ਮੋਂਗਾ ਰੋਹਿਤ ਸਾਇਲ ਨੂੰ ਬਣਾਇਆ ਗਿਆ ਤੇ ਸਪੋਕਸ ਪਰਸਨ ਜਾਨਕੀ ਬੁਲਾਰਾ ਜਿਹੜਾ ਉਹ ਰੋਹਿਤ ਸੈਲ ਤੇ ਯਾਦਵਿੰਦਰ ਸਿੰਘ ਗੋਲਡੀ ਨੂੰ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਵਿੰਗ ਨੇ ਜਿਹੜੇ ਵੱਖ-ਵੱਖ ਬਣਾਏ ਗਏ ਨੇ ਯੂਥ ਵਿੰਗ ਐਸ ਸੀ ਬੀ ਸੀ ਵਿੰਗ ਲੀਗਲ ਵਿੰਗ ਇੰਟੈਲੈਕਚੁਅਲ ਟ੍ਰੇਡ ਔਮਨ ਫਾਰਮਰਸ ਦਾ ਵਿੰਗ ਤੇ ਜਿਹੜਾ ਹੈਗਾ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿੰਗ ਹੁੰਦੇ ਨੇ ਉਹਨਾਂ ਦੇ ਅਹੁਦੇਦਾਰ ਐਲਾਨ ਦਿੱਤੇ ਗਏ ਨੇ ਤੇ ਭਗਵੰਤ ਮਾਨ ਨੂੰ ਜਦੋਂ ਉਮੀਦਵਾਰ ਐਲਾਨਿਆ ਹੈ ਉਸ ਤੋਂ ਬਾਅਦ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ ਪਿੰਡ ਵਾਸੀਆਂ ਨੇ ਖੂਬ ਭੰਗੜੇ ਪਾਏ ਖੁਸ਼ੀਆਂ ਮਨਾਈਆਂ ਲੱਡੂ ਵੰਡੇ ਅਤੇ ਆਸਾਂ ਅਰਦਾਸਾਂ ਕੀਤੀਆਂ ਨੇ ਕਿ ਭਗਵੰਤ ਮਾਨ ਉਹਨਾਂ ਦੇ ਪਿੰਡ ਦਾ ਜਿਹੜਾ ਮੁੰਡਾ ਭਗਵੰਤ ਮਾਨ ਹੈ ਉਹ ਜਿੱਤ ਕੇ ਆਵੇ ਅਤੇ ਸੀਐਮ ਦੀ ਕੁਰਸੀ ਤੇ ਬੈਠੇ ਭਗਵੰਤ ਮਾਨ ਨੂੰ ਆਖਿਰਕਾਰ ਸੀਐਮ ਚੇਰਾ ਐਲਾਨਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਾਰੇ ਥੋੜੀ ਜਿਹੀ ਗੱਲ ਕਰ ਲੈਣੇ ਹਾਂ ਕਿਉਂਕਿ ਉਹ ਜਦੋਂ ਪੰਜਾਬ ਦੇ ਵਿੱਚ ਆਉਣਾ ਉਹਨਾਂ ਨੇ ਇੱਕ ਕੀ ਸ਼ੁਰੂ ਕੀਤਾ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਇਸ਼ਤਿਹਾਰ ਚੱਲੇ ਨੇ ਟੀਵੀ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਤੇ ਪੰਜਾਬੀ ਬੋਲਦੇ ਦਿਖਾਈ ਦਿੰਦੇ ਸੀ ਪਰ ਪੰਜਾਬੀ ਦੇ ਵਿੱਚ ਖਾਸਾ ਜਿਹੜਾ ਉਹ ਕੋਈ ਕੋਈ ਕਮਾਲ ਨਹੀਂ ਕਰ ਸਕੇ ਤੇ ਜਾਣਕਾਰੀ ਹੁਣ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬੀ ਦੀ ਕਲਾਸ ਵੀ ਲਈ ਸੀ ਪੰਜਾਬੀ ਬੋਲਣ ਵਾਲੇ ਉਮੀਦਵਾਰਾਂ ਤੋਂ ਪਰ ਉਹਨਾਂ ਦੇ ਵੀ ਪੰਜਾਬੀ ਚੰਗੀ ਨਾ ਹੋਣ ਕਰਕੇ ਕੇਜਰੀਵਾਲ 2016 ਤੋਂ ਪੰਜਾਬੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਸ ਨੂੰ ਬੂਰ ਨਹੀਂ ਪਿਆ ਪੂਰਾ ਪੰਜਾਬੀ ਭਾਸ਼ਾ ਦਾ ਗਿਆਨ ਕਹਿੰਦੇ ਉਹ ਨਹੀਂ ਲੈ ਸਕੇ ਸੂਤਰਾਂ ਦੇ ਮੁਤਾਬਿਕ ਪੰਜਾਬੀ ਭਾਸ਼ਾ ਜਾਣਨ ਵਾਲੇ ਕਈ ਅਧਿਕਾਰੀ ਵੀ ਵਾਰੀ-ਵਾਰੀ ਅਰਵਿੰਦ ਕੇਜਰੀਵਾਲ ਦੀ ਰਿਹائش ਤੇ ਜਾਂਦੇ ਸੀ ਪੰਜਾਬੀ ਉਹਨਾਂ ਨੂੰ ਸਿਖਾਉਂਦੇ ਸੀ ਤੇ ਇਹ ਵੀ ਜਿਹੜਾ ਜਾਣਕਾਰੀ ਮਿਲੀ ਹੈ ਕਿ ਪੰਜਾਬੀਆਂ ਦੇ ਨਾਲ ਨੇੜਤਾ ਵਧਾਉਣ ਦੇ ਲਈ ਕੇਜਰੀਵਾਲ ਪੰਜਾਬੀ ਸਿੱਖਣਾ ਚਾਹੁੰਦੇ ਸੀ ਕੁਝ ਸਮਾਂ ਉਹਨਾਂ ਨੇ ਪੰਜਾਬੀ ਸਿੱਖਣ ਤੇ ਲਾਇਆ ਵੀ ਸੀ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ ਦਾ ਇੰਚਾਰਜ ਲਾਇਆ ਦੂਸਰੀ ਵਾਰੀ ਵਿਧਾਇਕ ਰਾਗਵ ਚੱਡਾ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਚੱਡਾ ਵੀ ਪੰਜਾਬੀ ਨੇ ਤੇ ਜਰਨੈਲ ਸਿੰਘ ਵੀ ਪੰਜਾਬੀ ਬੋਲਦੇ ਨੇ ਪਰ ਉਹਨਾਂ ਦੀ ਪੰਜਾਬੀ ਸ਼ੁੱਧ ਨਾ ਹੋਣ ਕਰਕੇ ਅਰਵਿੰਦ ਕੇਜਰੀਵਾਲ ਦੀ ਬੋਲੀ ਦੇ ਵਿੱਚ ਵੀ ਪੰਜਾਬੀ ਦੀ ਉਹ ਮਹਿਕ ਨਹੀਂ ਆ ਸਕੀ ਸੁਪਰੀਮ ਕੋਰਟ ਆਉਂਦੀਆਂ ਚੋਣਾਂ ਦੇ ਵਿੱਚ ਈਵੀਐਮ ਦੀ ਵਰਤੋਂ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ ਨੇ ਲੋਕ ਪ੍ਰਤੀ ਇਹਦਾ ਕਾਨੂੰਨ ਦੀ ਧਾਰਾ 61A ਦੀ ਸੰਵਿਧਾਨਿਕ ਵਿਵੱਧਤਾ ਨੂੰ ਚੁਣੌਤੀ ਦੇਣ ਵਾਲੀ ਜਨਹਿਤ ਪਟੀਸ਼ਨ ਨੂੰ ਸੁਣਵਾਈਆਂ ਦੇ ਲਈ ਸੂਚੀਬੱਧ ਕਰਨ ਤੇ ਵਿਚਾਰ ਕਰਨ ਲਈ ਸਹਿਮਤੀ ਜਤਾਈ ਹੈ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਇਸ ਵਿਵਸਥਾ ਦੇ ਤਹਿਤ ਦੇਸ਼ ਦੇ ਵਿੱਚ ਬੈਲਟ ਪੇਪਰ ਦੀ ਬਜਾਏ ਇਲੈਕਟ੍ਰੋਨਿਕ VOTING ਮਸ਼ੀਨ ਦੇ ਨਾਲ VOTING ਸ਼ੁਰੂ ਕੀਤੀ ਗਈ ਸੀ ਚੀਫ ਜਸਟਿਸ ਐਨ ਵੀ ਰਾਮਨਨ ਦੀ ਅਗਵਾਈ ਵਾਲੇ ਬੈਂਚ ਨੇ ਵਕੀਲ ਐਮ ਐਲ ਸ਼ਰਮਾ ਦੀਆਂ ਦਲੀਲਾਂ ਸੁਣੀਆਂ ਤੇ ਕਿਹਾ ਕਿ ਅਸੀਂ ਤੁਹਾਡੇ ਕੇਸ ਨੂੰ ਸੂਚੀਬੱਧ ਕਰਾਂਗੇ ਵਿਚਾਰ ਕਰਾਂਗੇ ਇਸ ਤੇ ਸੁਣਵਾਈ ਵੀ ਕਰਾਂਗੇ ਕੋਰੋਨਾ ਕਰਕੇ ਜਿਹੜੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਤੇ ਉਹ ਪਾਬੰਦੀਆਂ ਦੇ ਨਾਲ ਜੂਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇੱਕ ਖਬਰ ਜੁੜੀ ਹੋਈ ਤੁਹਾਨੂੰ ਦੱਸ ਦਿੰਨੇ ਹਾਂ ਮੋਹਾਲੀ ਦੇ ਜਿੰਮ ਤੇ ਫਿਟਨੈਸ ਸੈਂਟਰਾਂ ਦੇ ਮਾਲਕ ਟ੍ਰੇਨਰ ਅਤੇ ਸਟਾਫ ਦੇ ਵੱਲੋਂ ਗ੍ਰੇਟਰ ਪੰਜਾਬ ਜਿਮ ਐਸੋਸੀਏਸ਼ਨ ਦੇ ਬੈਨਰ ਹੇਠ ਜਿਮ ਬੰਦ ਕਰਨ ਦਾ ਵਿਰੋਧ ਹੈ ਜਿਹੜਾ ਉਹ ਕੀਤਾ ਜਾਏਗਾ ਇਸ ਹੁਕਮ ਦੇ ਖਿਲਾਫ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦ ਦਾ ਸੋਹਣਾ ਦੇ ਸਾਹਮਣੇ 20 ਜਨਵਰੀ ਨੂੰ ਦੁਪਹਿਰੇ 12 ਵਜੇ ਇੱਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ਾਪਿੰਗ ਮਾਲ ਹੋਟਲ ਤੇ ਰੈਸਟਰਾਂ ਇਹ ਖੁੱਲੇ ਨੇ ਜਦ ਕਿ ਜਿਮ ਨੇ ਜਿੱਥੇ ਲੋਕਾਂ ਨੂੰ ਕਸਰਤ ਕਰਵਾਈ ਜਾਂਦੀ ਹੈ ਉਹਨਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦਾ ਰੱਖਣ ਦਾ ਸਭ ਕੁਝ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਕਿ ਕਿੱਧਰ ਦਾ ਇਨਸਾਫ ਹੈ ਇਹ ਫੈਸਲਾ ਮੁਹਾਲੀ ਦੇ ਵਿੱਚ ਜਿਮ ਤੇ ਫਿਟਨੈਸ ਸੈਂਟਰਾਂ ਦੇ ਮਾਲਕਾਂ ਦੀ ਮੀਟਿੰਗ ਵਿੱਚ ਲਿਆ ਗਿਆ ਉਹਨਾਂ ਨੇ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਸਮੇਤ ਜੋ ਸ਼ਰਤਾਂ ਸ਼ੋਪਿੰਗ ਮਾਲ ਤੇ ਰੈਸਟੋਰਾਂ ਵਾਲੇ ਪੂਰੀਆਂ ਕਰਦੇ ਨੇ ਉਸੇ ਤਰ੍ਹਾਂ ਜਿਮ ਤੇ ਫਿਟਨੈਸ ਸੈਂਟਰਾਂ ਵਾਲੇ ਵੀ ਕਰਦੇ ਨੇ ਤਾਂ ਫਿਰ ਜਿਮ ਤੇ ਫਿਟਨੈਸ ਸੈਂਟਰ ਕਿਉਂ ਬੰਦ ਕੀਤੇ ਜਾ ਰਹੇ ਨੇ ਸੋ 20 ਤਰੀਕ ਹੇ 12 ਵਜੇ ਵਿਰੋਧ ਜਿਹੜਾ ਹੈਗਾ ਉਹ ਕਰਨਗੇ ਸਰਕਾਰ ਦੇ ਇਸ ਫੈਸਲੇ ਦਾ ਏਡੀ ਦੇ ਨਾਲ ਜੁੜੀ ਇੱਕ ਹੋਰ ਅਪਡੇਟ ਤੁਹਾਨੂੰ ਬੁਲੇਟਿਨ ਦੇ ਵਿੱਚ ਦੱਸ ਦਿੰਨੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਧਾ ਸਿਆਸੀ ਨਿਸ਼ਾਨਾ ਲਾਇਆ ਹੈ ਇੱਕ ਟਵੀਟ ਉਹਨਾਂ ਨੇ ਕੀਤਾ ਹੈ ਕਹਿੰਦੇ ਚੰਨੀ ਆਮ ਆਦਮੀ ਨਹੀਂ ਬੇਈਮਾਨ ਆਦਮੀ ਹੈ ਨਾਲ ਹੀ ਉਹਨਾਂ ਨੇ ਏਐਨਆਈ ਦੀ ਜਿਹੜੀ ਤਸਵੀਰ ਹੈ ਉਹ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਪੈਸਿਆਂ ਦੀ ਫੋਟੋ ਦਿਖਾਈ ਗਈ ਹੈ ਜਿਹੜੀ ਜਿਹੜੀ ਨਗਦੀ ਜ਼ਬਤ ਕੀਤੀ ਗਈ ਹੈ 8 ਕਰੋੜ ਦੇ ਲਗਭਗ ਉਹ ਨਗਦੀ ਵੀ ਦਿਖਾਈ ਗਈ ਹੈ ਉਸ ਫੋਟੋ ਨੂੰ ਉਹਨਾਂ ਨੇ ਰੀਟਵੀਟ ਕਰਕੇ ਲਿਖਿਆ ਕਿ ਚੰਨੀ ਆਮ ਆਦਮੀ ਨਹੀਂ ਬੇਈਮਾਨ ਆਦਮੀ ਹੈ ਤੇਰਵਿੰਨ ਕੇਜਰੀਵਾਲ ਦੇ ਨਾਲ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ ਹੈ ਉਹਨਾਂ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕੀਤਾ ਹੈ ਕੀ ED ਨੇ ਮੈਨੂੰ ਰਿਪੋਰਟ ਨਹੀਂ ਕੀਤਾ ED ਨੇ ਮੇਰੇ ਕਿਸੇ ਰਿਸ਼ਤੇਦਾਰ ਦੇ ਘਰ ਛਾਪਾ ਨਹੀਂ ਮਾਰਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ ਤੇ ਨਾ ਹੀ ਕਹਿੰਦੇ ਮੈਂ ਤੇਰੇ ਕਿਸੇ ਰਿਸ਼ਤੇਦਾਰ ਦੇ ਘਰੇ ਮਨੀ ਹੈ ਜਿਹੜੀ ਉਹ ਪਲਾਂਟ ਕਰਵਾਈ ਹੈ ਇਸ ਕਰਕੇ ਮੈਨੂੰ ਆਪਣੇ ਪਰਿਵਾਰ ਦੇ ਅਪਰਾਧਾਂ ਦੇ ਲਈ ਬਲੇਮ ਕਰਨਾ ਬੰਦ ਕਰ ਦਿਓ ਤੇ ਮੈਂ ਹਮੇਸ਼ਾ ਕਿਹਾ ਕਿ ਇਹ ਕਾਨੂੰਨ ਦੀ ਜਿਹੜੀ ਕਾਰਵਾਈ ਹੈ ਉਸ ਦੇ ਵਿੱਚ ਯਕੀਨ ਰੱਖੋ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਜੋ ਵੀ ਕੰਮ ਕਾਨੂੰਨ ਕਰੇਗਾ ਤੇ ਉਹ ਜਿਹੜਾ ਉਸ ਦੇ ਆਧਾਰ ਤੇ ਹੀ ਤੁਹਾਨੂੰ ਬੋਲਣਾ ਚਾਹੀਦਾ ਹੈ ਤੇ ਜਿਹੜੀ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਸਾਧਿਆ ਕੈਪਟਨ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਲਪਲੇਟਸ ਨੇ ਜਿਹੜੇ ਉਹਨਾਂ ਨੂੰ ਬਚਾਉਂਦੀ ਹੈ ਉਹਨਾਂ ਨੂੰ ਸ਼ੀਲਡ ਕਰਦੀ ਹੈ ਨਾਲ ਹੀ ਕੈਪਟਨ ਨੇ ਅਖਬਾਰ ਦੀ ਜਿਹੜੀ ਕਟਿੰਗ ਹੈ ਉਹ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਤਾਜ਼ਾ ਰੇਡ ਰੇਡਸ ਹੋਈਆਂ ਨੇ ਉਹਨਾਂ ਦੇ ਪਿੱਛੇ ਨੇ ਸਾਲ 2020 ਦੇ ਵਾਂਗੂ ਇਸ ਸਾਲ ਵੀ ਗਣਤੰਤਰ ਦਿਵਸ ਦੇ ਮੌਕੇ ਕੋਈ ਵੀ ਵਿਦੇਸ਼ੀ ਮਹਿਮਾਨ ਹੈ ਜਿਹੜਾ ਗਣਤੰਤਰ ਦਿਵਸ ਪਰੇਡ ਮੌਕੇ ਮੁੱਖ ਮਹਿਮਾਨ ਨਹੀਂ ਹੋਵੇਗਾ ਲਗਾਤਾਰ ਦੂਸਰੇ ਸਾਲ ਕਰੋਨਾ ਦੇ ਵਾਧੇ ਮਾਮਲਿਆਂ ਦੇ ਕਾਰਨ ਵਿਦੇਸ਼ੀ ਲੀਡਰ ਗਣਤੰਤਰ ਦਿਵਸ ਦੇ ਜਸ਼ਨ ਵਿੱਚ ਸ਼ਾਮਲ ਨਹੀਂ ਹੋਣਗੇ ਇਹ ਭਾਰਤ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ